चर्चा सत श्री अकाल जी, प्रोग्राम चर्चा दे विच तुहाडा स्वागत। प्यारे दर्शकों, किसानां ने विरोध करना शुरू कर दिता है भारतीय जनता पार्टी दा पंजाब ते हरियाणा दे विच। हरियाणा च तां पंजाब नालों ज्यादा तिखा विरोध होया रणजीत सिंह चटाला दा हिसार दे विच, और सवाल भी बड़ा तिखा पुछया गया। वह कहते सानू सिर्फ इन्ना दस दो ते हां जां ना बोलना तुसी कि भारतीय जनता पार्टी की खट्टर सरकार ने किसानां नू दिल्ली जान तो रोकिया, यह गल सही सी जां गलत सी? बस बोलना होर नहीं, हां जां ना, सही सी जां गलत सी। हुण इत्थे चटाला साहब की बोलदे, ते फिर उन्होंने जदों इहनू गुण करन की कोशिश की, किसानां ने विरोध किया, उन्होंने मूह कितने निकल गया कि कुछ बंदे खालिस्तानी। उदू बाद किसान इस तरह के मगर पाए कि उन्होंने पुलिस बचा के लेके गए। यह होया हरियाणा च, हरियाणा च फड़ो फड़ाई, हरियाणा च जो कुछ पुलिस ने इस बार किया। जदों पहुंचे सी किसान 13 फरवरी दिल्ली चलो का नारा लैके, उस तो बाद जो कुछ होया उन्होंने मन च वड्डा रोस है। और भारतीय जनता पार्टी बड़ी कोशिश कर रही है ਆਪਦੀਆਂ ਦਸੇ ਦੇ ਦਸੇ ਸੀਟਾਂ ਬਚਾਉਣ ਦੀ। ਤੇ ਜੇ ਅੱਜ ਪੰਜਾਬ ਦੀ ਗੱਲ ਕਰੀਏ, ਪਹਿਲਾਂ ਬਠਿੰਡਾ ਦੇ ਵਿੱਚ ਸੁਨੀਲ ਜਾਖੜ ਸਾਹਿਬ ਨੂੰ ਨਹੀਂ ਜਿਹੜਾ ਹੈ ਮੀਟਿੰਗ 'ਚ ਜਾਣ ਦਿੱਤਾ ਸੀ, ਕਾਲੀਆਂ ਝੰਡੀਆਂ ਲੈ ਗਏ ਸੀ, ਵਿਰੋਧ ਕੀਤਾ ਸੀ। ਔਰ ਦੂਜੇ ਪਾਸੇ ਪਿੰਡਾਂ 'ਚ ਫਲੈਕਸ ਲਾ ਤੇ ਕਿ ਕੋਈ ਨਹੀਂ ਬਣੂ ਭਾਰਤੀ ਜਨਤਾ ਪਾਰਟੀ ਦਾ, ਜੇ ਕੋਈ ਆ ਗਿਆ ਜ਼ਿੰਮੇਵਾਰ ਆਪਦੀ ਉਹਦੀ ਹੋਊਗੀ, ਸਵਾਰੀ ਆਪਦੇ ਸਵਾਹ ਦੀ ਆਪ ਜ਼ਿੰਮੇਵਾਰ ਹੋਊ। ਇਹ ਕਹਿਤਾ ਕਿਸਾਨਾਂ ਨੇ, ਤੇ ਕੱਲ ਫਿਰ ਉਹਨਾਂ ਨੇ ਪੁਲਿਸ ਦੀ ਮਦਦ ਨਾਲ ਜਿਹੜਾ ਹੰਸਰਾਜ ਹੰਸ ਨੇ ਰੋਡ ਸ਼ੋ ਕੀਤਾ, ਜਦੋਂ ਬਾਬਾ ਫਰੀਦ ਦੇ ਟਿੱਲੇ ਤੇ ਮੱਥਾ ਟੇਕਣ ਜਾ ਰਹੇ ਸੀ, ਉਸ ਵੇਲੇ ਕਿਸਾਨਾਂ ਨੇ ਹਰ ਚੌਕ ਤੇ ਝੰਡੀਆਂ ਕਾਲੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ, ਵਿਰੋਧ ਕੀਤਾ, ਵਿਰੋਧ ਦਰਜ ਕਰਾਇਆ। ਇਹ ਗੱਲ ਤਾਂ ਹੈ ਜਿਹੜੀ ਹੋਈ, ਹੁਣ ਜਿਹੜੀ ਹੋਣ ਵਾਲੀ ਹੈ ਉਹਦੇ ਲਈ ਕੱਲ ਇੱਕ SKM ਦੀ ਮੀਟਿੰਗ ਸੀ, ਔਰ ਉਸ ਜਿਹੜੀ 32 ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਦੀ ਮੀਟਿੰਗ ਸੀ, ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਇਹ ਕੁਐਸਚਨਰ ਡਰਾਫਟ ਕਰੂਗੀ, ਉਹ ਪ੍ਰਸ਼ਨਾਵਲੀ ਜਾਂ ਪ੍ਰਸ਼ਨ ਤਿਆਰ ਕਰੂਗੀ ਜਿਹੜੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪੁੱਛਣੇ ਨੇ, ਜੇ ਕੋਈ ਉਮੀਦਵਾਰ ਉਹਨਾਂ ਨੂੰ ਮਿਲਦਾ ਜਾਂ ਵੋਟ ਮੰਗਣ ਆਉਂਦਾ। ਔਰ ਨਾਲ ਉਹਨਾਂ ਨੇ ਯਾਦ ਕਰਾਇਆ ਕਿ ਅਸੀਂ ਜੋ ਦਿੱਲੀ ਦੇ ਵਿੱਚ ਕੀਤਾ ਸੀ ਯੰਤਰ ਮੰਤਰ ਚ ਵਾਅਦਾ ਕਿ ਵੋਟ ਤੇ ਚੋਟ ਕਰਾਂਗੇ, ਉਹ ਅਸੀਂ ਕਰਨੀ ਹੈ। ਤੇ ਦੇਸ਼ ਦੇ ਵਿੱਚ ਨਾਰਾ ਦੇਣਾ ਹੈ ਕਿ ਜਿਹਨੂੰ ਮਰਜ਼ੀ ਜਿਤਾਓ ਪਰ ਭਾਜਪਾ ਨੂੰ ਹਰਾਓ। ਇਸ ਕਿਸਮ ਦਾ ਇੱਕ ਜਿਹੜੀ ਕੰਪੇਨ ਕਿਸਾਨ ਚਲਾ ਰਹੇ ਨੇ, ਕਿਸਾਨ ਭਾਜਪਾ ਵਿਰੋਧੀ ਮੂਵਮੈਂਟ ਦੇ ਵਿੱਚ ਆ ਚੁੱਕੇ ਨੇ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ, ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਵਿੱਚ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਪ੍ਰੋਫੈਸਰ ਰਾਮ ਸਿੰਘ ਧਾਲੀਵਾਲ ਸਾਡੇ ਨਾਲ ਨੇ, ਜਿਨ੍ਹਾਂ ਨੇ ਆਪਣੀ ਨਿਰਪੱਖ ਟਿੱਪਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਰਾਜੀਵ ਕਤਨਾ ਜੀ, ਭਾਰਤੀ ਜਨਤਾ ਪਾਰਟੀ ਵੱਲੋਂ ਨੇ ਜਿਨ੍ਹਾਂ ਦੇ ਵਿਰੁੱਧ ਵੋਟ ਤੇ ਚੋਟ ਦਾ ਨਾਰਾ ਦਿੱਤਾ ਕਿਸਾਨਾਂ ਨੇ। ਟੀਨਾ ਚੌਧਰੀ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ, ਤੇ ਗੁਰਪ੍ਰੀਤ ਸਿੰਘ ਖਾਲਸਾ ਜੀ ਸਾਡੇ ਨਾਲ ਸ਼ਾਮਿਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਇਸ ਤੋਂ ਪਹਿਲਾਂ ਕਿ ਧਾਲੀਵਾਲ ਸਾਹਿਬ, ਆਪਾਂ ਪੋਲੀਟੀਕਲ ਪਾਰਟੀ ਦੀ ਗੱਲ ਸੁਣੀਏ, ਤੁਸੀਂ ਕੀ ਕਹੋਗੇ, ਕੀ ਹੈ ਤੁਹਾਡਾ ਇਸ ਮਾਮਲੇ ਵਿੱਚ ਕਹਿਣਾ? ਆਵਾਜ਼ ਅਨਮਿਊਟ ਕਰੋ ਧਾਲੀਵਾਲ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸੋ ਇਹ ਜਿਹੜਾ ਮਸਲਾ ਵੱਡਾ ਬਣ ਸਕਦਾ ਇਲੈਕਸ਼ਨ ਦੇ ਦਿਨਾਂ ਚ, ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਵਿਰੋਧ ਕਰ ਰਹੇ ਨਾ, ਪਿਆਰੇ ਦਰਸ਼ਕੋ, ਇਹ ਇਸ ਮਾਮਲੇ ਤੇ ਲਗਾਤਾਰ ਭਾਰਤੀ ਜਨਤਾ ਪਾਰਟੀ ਸਿਰ ਤੋੜ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਸੇ ਤਰੀਕੇ ਨਾਲ ਪੈਰ ਲਾ ਲੈਣ ਪੰਜਾਬ ਦੇ ਵਿੱਚ। ਦੇਖੋ ਤੁਸੀਂ, ਕੈਂਡੀਡੇਟ ਬੜੇ ਨਾਮੀ ਚਿਹਰੇ ਇੱਧਰ ਉੱਧਰੋਂ ਕਰਕੇ ਵੀ ਇਕੱਠੇ ਕੀਤੇ ਨੇ। ਤੁਸੀਂ ਇਹ ਦੇਖੋ, ਰਵਨੀਤ ਬਿੱਟੂ 2-3 ਵਾਰ ਦਾ ਸਾਂਸਦ, ਪ੍ਰਨੀਤ ਕੌਰ ਵੀ 3 ਵਾਰ ਦੀ ਸਾਂਸਦ, ਔਰ ਤਰਨਜੀਤ ਸਿੰਘ ਸੰਧੂ। ਸੋ ਹੰਸਰਾਜ ਹੰਸ ਦਿੱਲੀ ਤੋਂ ਇੱਥੇ ਲਿਆਂਦਾ,
हर संभव कोशिश की जा रही है भारतीय जनता पार्टी वालों। मैं टिप्पणी ले गया सी राम सिंह धारीवाल जिहड़े साडे नाल शामिल ने, शायद उन्होंने जिहड़ा है कोई नैट दे विच प्रॉब्लम आई है, जिन्ना चिर वो अपनी इस प्रॉब्लम नूं दूर करदे ने आपां पोलिटिकल पार्टीज दी जिहड़ी है ओह टिप्पणी लै लईए। गुरप्रीत सिंह खालसा साहब, श्रोमणी अकाली दल, तुसीं किवें देखदे हो? जी बहुत बहुत धन्यवाद धारीवाल साहब। देखो जी, जिहड़ा किसानां वल्लों अंदोलन है इह अपणियां हक्कां नूं हक नूं लै के आ, मंगां नूं लै के ने। वो अपने हक्कां दे लई सड़कां ते बैठे ने, किसी नूं शौक नहीं है भी कोई घर बार छड के मंगां नूं वड्डे। जिहड़ा भारतीय जनता पार्टी वल्लों जिहड़ा किसानां दे विरुद्ध शुरू तों ही इहनां दे जिहड़े काले कानून लियांदे या जिहड़े उहनां दीआं मंगां नहीं मन्नियां उहनां नूं लै के जिहड़ा भाजपा दा विरोध है, उह किसान शुरू तों ही इस गल करके करदे आ रहे ने, क्योंकि किसानी हितां दे लई किसानां दे लई भारतीय जनता पार्टी कोई प्रोग्राम नहीं हैगा। यह सिर्फ ते सिर्फ किसानी नूं खत्म करन लई अते कॉर्पोरेट घरानियां नूं वधावा देण दे लई इन्हां दे कोल हर एजेंडे ने। मेरा ख्याल है कि श्रोमणी अकाली दल दे नुमाइंदे भी गल करदे करदे उन्हां दा भी संपर्क साडे नाल टुट गया। खैर जिहड़ी गल उह कर रहे सी, पर श्रोमणी अकाली दल भी एक बार तां भारतीय जनता पार्टी दा साथ ही दे रहा सी। शुरू दे विच जदों इह बिलां दी गल कीती है उदों बिलां दे हक च ही सी श्रोमणी अकाली दल वाले, लेकिन बाद च इहनां ने किसानां दे नाल जिहड़ा है खड़न दा फैसला कीता। हां जी खालसा जी, गल पूरी कर सकदे हो? देखो जी, जिथे तक तुहाडी इह गल है वी असीं किसानां कानूनां दे हक च सी, तद तक जद तक सानू इह आश्वासन दिंदे रहे वी असीं कानून नहीं लैके आ रहे, असीं कानूनां दे विच बदलाव कर रहे हां, असीं कानून किसानां दे हक्कां दे विच कर रहे हां। जब तक असीं लड़ सकदे सी सरकार दे विच बह के, असीं किसानां दे हक्कां दे लई उत्थे बह के लड़े, पर जब सानू इह पता लगा वी नहीं इह हुण पंजाब दे उल्ट फैल गए ने, असीं मंत्रालय छड के सरकार छड के किसानां दे हक्कां दे विच आके खड़े होगे कि नहीं। श्रोमणी अकाली दल नूं सरकारां प्यारियां नहीं, श्रोमणी अकाली दल नूं पावरां प्यारियां नहीं, श्रोमणी अकाली दल नूं किसानी मुद्दे पंजाब दे मुद्दे उहनां दे लई उही सब तो पहले विचारधारा साडी पहली है। सरकारां आउंदियां जांदियां रहिंदियां ने, कोई परवाह नहीं। चलो चंगी गल है, जे इस तरह की सिद्धांत से अकाली दल चले तो बहुत वधिया गल होएगी। लेकिन आपां जवाब लईए कतना साहब, राजीव कतना जी, थोड़े साथी रहे जो कह रहे ने, थोड़ा की कहना है? देखो वालिया साहब, ਤੁਸੀਂ ਸ਼ੁਰੂ ਚ ਕਹਿ ਰਹੇ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਕਿਸਾਨਾਂ ਦੀਆਂ ਸਮੱਸਿਆਵਾਂ ਨੇ। ਦੇਖੋ ਕਿਸਾਨਾਂ ਦੀ ਗੰਭੀਰਤਾ ਨੂੰ ਸਮਝਦੇ ਹੋਏ, ਅਗਰ ਕਿਸਾਨਾਂ ਦੀਆਂ ਸਮੱਸਿਆ ਨੂੰ ਸਮਝਦੇ ਹੋਏ, ਕਿਸਾਨਾਂ ਨੂੰ ਪਿਆਰ ਕਰਦੇ ਹੋਏ, ਸਾਡੇ ਮੰਤਰੀ ਕਿੰਨੀ ਵਾਰ ਚੰਡੀਗੜ੍ਹ ਆਏ ਇੱਥੇ ਵੀ ਉਹਨਾਂ ਦੀਆਂ ਗੱਲਾਂ ਸੁਣ ਸਕੀਏ, ਗੱਲਾਂ ਸੁਣ ਕੇ ਇਹਨਾਂ ਦਾ ਵਿਚਾਰ ਕਰ ਸਕੀਏ। ਗੱਲ ਇਹ, ਜਿਹੜੇ ਕਿਸਾਨ ਨੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ, ਜਿਹੜੀਆਂ ਕੁਛ ਯੂਨੀਅਨਾਂ ਨੇ ਉਹਨਾਂ ਦਾ ਆਪਸ ਵਿੱਚ ਜੋ ਵਖਰੇਵਾਂ ਹੈ, ਹੁਣ ਗੱਲ ਕਿਹਦੇ ਨਾਲ ਕੀਤੀ ਜਾਵੇ? ਅਸੀਂ ਬੜੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨਾਲ ਗੱਲ ਕੀਤੀ ਜਾਵੇ। SKM ਅਲੱਗ ਹੈ, SKM ਗੈਰ ਰਾਜਨੀਤਿਕ ਅਲੱਗ ਹੈ, ਇੱਕ ਹੋਰ ਜਿਹੜਾ ਹੈ ਆਪਣਾ ਮਾਝੇ ਵਾਲੀ ਜਥੇਬੰਦੀ ਅਲੱਗ ਹੈ, ਕਾਫੀ ਜਥੇਬੰਦੀਆਂ ਨੇ। ਜਿਹੜੀ ਸਾਡੀ ਪਾਰਟੀ ਆ, ਸਾਡੀ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਵੀ ਇੱਕ ਗੱਲ ਕਹੀ ਸੀ ਵੀ ਅਗਰ ਕੋਈ ਸਮੱਸਿਆ ਹੈ ਆਪਾਂ ਉਹ ਬੈਠ ਕੇ ਗੱਲ ਕਰਦੇ ਹਾਂ, ਤੁਸੀਂ ਸਮੱਸਿਆ ਜਿਹੜੀ ਹੈ ਬੈਠ ਕੇ ਆਪਾਂ ਗੱਲ ਕਰਾਂਗੇ। ਜਿਹੜੇ ਪਹਿਲਾਂ ਵੀ ਕਾਨੂੰਨ ਸੀ ਖਤਮ ਕੀਤੇ ਆ, ਹਾਲਾਂਕਿ ਕਾਨੂੰਨ ਅੱਛੇ ਸੀ, ਚਲੋ ਜੋ ਅਗਰ ਚੀਜ਼ ਸਾਨੂੰ ਨਹੀਂ ਜ਼ਰੂਰਤ, ਸਾਨੂੰ ਪੰਜਾਬੀਆਂ ਨੂੰ ਅਗਰ ਨਹੀਂ ਜ਼ਰੂਰਤ ਕੋਈ ਗੱਲ ਨਹੀਂ, ਸਾਡੇ ਪ੍ਰਧਾਨ ਮੰਤਰੀ ਜੀ ਨੇ ਕਾਨੂੰਨਾਂ ਨੂੰ ਉਹਨਾਂ ਨੂੰ ਵਾਪਸ ਲਿਆ। ਅਗਰ ਹੋਰ ਕੋਈ ਸਮੱਸਿਆ ਹੈ, ਇਹਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ, ਜੇ ਕੋਈ ਸਮੱਸਿਆ ਹੈ ਜਥੇਬੰਦੀਆਂ ਨੂੰ, ਉਹ ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਆ, 4 ਵਾਰੀ 5 ਵਾਰੀ ਬੈਠੇ, ਉਸ ਤੋਂ ਬਾਅਦ ਕੋਰਟ ਲੱਗ ਗਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਅੰਦਰ ਵੀ ਗੱਲ ਚੱਲਦੀ, ਅਸੀਂ ਪਾਰਟੀ ਬੈਠੇ ਗੱਲ ਕਰਦੇ ਹਾਂ ਵੀ ਜਿਹੜਾ ਸਾਡਾ ਪੰਜਾਬ ਆ, ਸੂਬਾ ਕਿਸਾਨਾਂ ਦਾ ਆਧਾਰਤ ਆ, ਅਸੀਂ ਕਿਸਾਨੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਔਰ ਅਸੀਂ ਕੋਈ ਜਿਹੜੀ ਗੱਲ ਆ ਵੀ ਇੱਥੇ ਕਰਾਂਗੇ, ਫਿਰ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਇਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਦਿੱਲੀ ਗਏ ਆ, ਰਾਮਲੀਲਾ ਮੈਦਾਨ ਦੇ ਵਿੱਚ ਉੱਥੇ ਰੈਲੀ ਵੀ ਕਰਕੇ ਆਏ, ਇਹਨਾਂ ਨੂੰ ਰੈਲੀ ਦੀ ਇਜਾਜ਼ਤ ਵੀ ਦਿੱਤੀ ਗਈ ਹੈ, ਇਹ ਗਏ ਆ ਔਰ ਜਾ ਕੇ ਉੱਥੇ ਆਪਣੀ ਗੱਲ ਵੀ ਕਰਕੇ ਆਏ। ਹੁਣ ਕੁਝ ਵਖਰੇਵਾਂ ਇਹਨਾਂ ਦਾ ਆਪਸ ਵਿੱਚ ਹੈ, ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦਾ ਜਿਹੜੇ ਵਖਰੇਵਾਂ ਜਦੋਂ ਖਤਮ ਹੋ ਜਾਏਗਾ, ਔਰ ਸਾਡੇ ਪ੍ਰਧਾਨ ਸ੍ਰੀ ਜਾਖੜ ਜੀ ਨੇ ਵੀ ਕਿਹਾ, ਉੱਪਰੋਂ ਵੀ ਸਾਡੀ ਗੱਲਬਾਤ ਹੁੰਦੀ ਆ, ਔਰ ਪੂਰੀ ਗੰਭੀਰਤਾ ਨਾਲ ਲੈ ਰਹੇ ਆ, ਔਰ ਜਿਹੜੀਆਂ ਸਮੱਸਿਆ ਨੇ ਹੈਗੀਆਂ ਵੀ ਨੇ, ਅਗਰ ਕੁਛ ਲੱਗੇ ਜਲਦ ਗੱਲਬਾਤ।
ਜੀ ਕਤਨਾ ਜੀ ਦੇਖੋ ਤੁਸੀਂ ਵੀ ਉਸ ਤਰ੍ਹਾਂ ਹੀ ਗੱਲ ਕਰ ਰਹੇ ਹੋ ਜਿਵੇਂ ਤੁਹਾਡੇ ਮੰਤਰੀ ਗੱਲ ਕਰਦੇ ਨੇ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਹਰ ਬਿੰਦੂ ਤੇ ਗੱਲ ਕਰਨ ਨੂੰ ਤਿਆਰ ਹਾਂ। ਕਿਸਾਨ ਕਹਿੰਦੇ 2-2.5 ਸਾਲ ਹੋ ਗਏ ਤੁਹਾਨੂੰ ਸਭ ਕੁਝ ਦੱਸਿਆ ਹੋਇਆ, ਸਾਡੀਆਂ ਮੰਗਾਂ ਕੀ ਨੇ। ਸਾਡੀ ਮੰਗ ਹੈ ਕਿ MSP ਤੇ ਕਾਨੂੰਨੀ ਗਰੰਟੀ ਦਿਓ, ਉਹਦੇ ਤੋਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਜਦੋਂ ਕਿ ਜਿਹੜੀ ਮੇਨ ਮੰਗ ਹੈ ਉਹ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਤੇ ਫਿਰ ਕਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਉਹਨਾਂ ਨੂੰ ਕੋਈ ਸ਼ੌਕ ਨਹੀਂ ਕਿ ਹੁਣ ਉਧਰੋਂ ਹਾੜੀ ਦਾ ਸੀਜ਼ਨ ਹੈ ਤੇ ਕਨੌਰੀ ਬੈਠਣ ਤੇ ਉਹ ਬੈਠਣ ਸ਼ੰਭੂ ਦੇ ਬਾਰਡਰ ਤੇ। ਜਾਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਇਹਨਾਂ ਦੀ ਧੜੇਬੰਦੀ ਹੈ, ਧੜੇ ਬਹੁਤ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਤਰਾ ਸਾਹਿਬ ਕਿਸਾਨਾਂ ਦੇ ਵਿੱਚ, ਪਰ ਉਹ ਮੰਗਾਂ ਸਾਰੀਆਂ ਸਾਂਝੀਆਂ ਨੇ, ਜਿਹੜੀ ਵੀ ਧੜੇਬੰਦੀ ਉਹਨਾਂ ਦੀ ਹੈ। ਖੈਰ ਮੈਂ ਤੁਹਾਡੇ ਕੋਲ ਦੁਬਾਰਾ ਉਹਨੇ ਬਾਕੀ ਪੋਲੀਟੀਕਲ ਪਾਰਟੀਜ਼ ਨਾਲ ਵੀ ਆਪਾਂ ਗੱਲ ਕਰਨੀ ਹੈ, ਫਿਰ ਜਿਹੜੇ ਸਵਾਲ ਉੱਠੇ ਕਤਰਾਂ ਦਾ ਉੱਥੋਂ ਜਵਾਬ ਲਵਾਂਗੇ। ਐਡਵੋਕੇਟ ਰਵਿੰਦਰ ਸੱਤਾਧਾਰੀ ਚੇਅਰ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੀ ਸ਼ਾਮਿਲ ਹੋਏ ਨੇ, ਉਹਨਾਂ ਦਾ ਸਵਾਗਤ। ਔਰ ਪਿਆਰੇ ਦਰਸ਼ਕੋ, ਬਹੁਤ ਅਹਿਮ ਇਹ ਜਿਹੜਾ ਵਿਸ਼ਾ ਹੈ ਜਿਹਦੇ ਅਸੀਂ ਅੱਜ ਗੱਲ ਕਰ ਰਹੇ ਹਾਂ, ਕਿਉਂਕਿ ਇਲੈਕਸ਼ਨ ਆ ਰਹੀ ਹੈ, ਕਿਸਾਨ ਇਹ ਸਮਝਦੇ ਨੇ ਕਿ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ, ਸਾਨੂੰ ਕਿਹਾ ਕੁਛ ਗਿਆ ਸੀ ਲੇਕਿਨ ਉਸ ਤੋਂ ਬਾਅਦ ਸਰਕਾਰ ਨੇ ਕੀਤਾ ਕੁਛ ਨਹੀਂ, ਇਸ ਕਰਕੇ ਲਗਾਤਾਰ ਉਹ ਸੰਘਰਸ਼ ਦੇ ਰਾਹ ਤੇ ਨੇ। ਇਹ ਸਾਰੀ ਜਦੋਂ ਚੋਣ ਹੁੰਦਾ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਦਬਾਅ ਤਾਂ ਉਦੋਂ ਹੀ ਬਣਾਇਆ ਜਾ ਸਕਦਾ ਹੈ। ਤਾਂ ਹੁਣ ਜਦੋਂ ਮਾਨ ਸਰਕਾਰ ਨੇ ਕੁਛ ਸਾਇਲੋਜ ਨੂੰ ਖਰੀਦ ਕੇਂਦਰ ਬਣਾ ਲਿਆ ਸੀ, ਜਦੋਂ ਕਿਸਾਨ ਉੱਠੇ ਤੇ ਉਦੋਂ ਜਿਹੜਾ ਹੈ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰਨਾ ਪਿਆ। ਕਿਸਾਨ ਇਹ ਸਾਰੀ ਗੱਲ ਸਮਝਦੇ ਨੇ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੱਤੀ, ਇਸ ਤਰ੍ਹਾਂ ਉਹ ਆਪਣੇ ਪ੍ਰੈਸ਼ਰ ਗਰੁੱਪ ਨੂੰ ਹੋਰ ਜਿਹੜਾ ਹੈ ਤਕੜਾ ਕਰਕੇ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ ਦੇਸ਼ ਦੇ ਵਿੱਚ, ਇਹ ਮੌਕੇ ਨੂੰ ਜਿਹੜਾ ਹੈ ਉਹਦਾ ਜਿਹੜਾ ਲਾਭ ਉਠਾਉਣਾ ਚਾਹੁੰਦੇ ਨੇ ਉਹ ਕਹਿ ਲਈਏ। ਇਹਦੇ ਆਪਾਂ ਚਰਚਾ ਜਾਰੀ ਰੱਖਣੀ ਹੈ, ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਹਿਲੇ ਦਰਸ਼ਕੋ, ਅਸੀਂ ਗੱਲ ਕਰ ਰਹੇ ਹਾਂ ਕਿ ਕਿਸਾਨਾਂ ਦਾ ਵਿਰੋਧ ਜਿਹੜਾ ਹੁਣ ਯੋਜਨਾਬੱਧ ਢੰਗ ਨਾਲ ਹੋਣ ਜਾ ਰਿਹਾ ਹੈ, ਜਿਸ ਤਰੀਕੇ ਨਾਲ ਕੱਲ ਇਸ ਗੱਲ ਨੂੰ ਲੈ ਕੇ ਮੀਟਿੰਗ ਹੋਈ ਹੈ SKM ਦੀ ਕਿ ਆਪਾਂ ਵਿਰੋਧ ਕਿਵੇਂ ਕਰਨਾ, ਸਵਾਲ ਕਿਹੜੇ ਪੁੱਛਣੇ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਦੋਂ ਵੀ ਉਮੀਦਵਾਰ ਆਉਂਦੇ ਨੇ, ਤੋ ਜਿਹਦਾ ਸਿੱਧਾ ਅਸਰ ਭਾਰਤੀ ਜਨਤਾ ਪਾਰਟੀ ਦੇ ਚੋਣ ਜਿਹੜੀ ਮੁਹਿੰਮ ਤੇ ਪੈਣਾ, ਇਹਦੀ ਚਰਚਾ ਕਰ ਰਹੇ ਹੈ ਟੀਨਾ ਚੌਧਰੀ, ਕਾਂਗਰਸ ਪਾਰਟੀ, ਕੀ ਕਹੋਗੇ? ਮਨੀ ਸਾਹਿਬ, ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਾਂਗੀ ਕਿ ਉਹਦੇ ਨਾਲ ਅਕਾਲੀ ਦਲ ਜੀ ਦੇ ਪ੍ਰਵਕਤਾ ਜੀ ਨੇ ਦੱਸਿਆ ਕਿ ਅਸੀਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਮਨਾਉਣ ਵਾਸਤੇ ਕਿ ਜੋ ਵੀ ਕਿਸਾਨਾਂ ਦੇ ਜਿਹੜੇ ਹੱਕ ਬਣਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇਹਨਾਂ ਨੇ ਗੱਲ ਕੀਤੀ ਕਿ ਪੂਰੇ ਹੋਣੇ ਚਾਹੀਦੇ ਨੇ ਜਿੰਨੇ ਗੱਲ ਬਣੀ। ਮਾਫ਼ ਕਰਨਾ, ਮੈਂ ਕਹਿਣਾ ਚਾਹਾਂਗੀ ਕਿ ਕੋਸ਼ਿਸ਼ਾਂ ਤੇ ਬਹੁਤ ਕੀਤੀਆਂ ਭਾਜਪਾ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇਹ ਗਠਬੰਧਨ ਪੂਰਾ ਕਰ ਦਿੱਤਾ ਜਾਵੇ, ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਇਕੱਲੇ ਸਾਡੇ ਦੇ ਵਿੱਚ ਕੋਈ ਰਿਜ਼ਲਟ ਆਉਣ ਨਹੀਂ ਵਾਲਾ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਚਲਾਏਗੀ ਉਦੋਂ ਵੀ ਤੁਸੀਂ ਸੈਂਟਰ ਸਰਕਾਰ ਕੋਈ ਬਿਆਨਬਾਜ਼ੀ ਨਹੀਂ ਕੀਤੀ, ਜਦੋਂ ਇੱਥੇ ਹਰਿਆਣਾ ਸਰਕਾਰ ਪੰਜਾਬ ਸਰਹੱਦ ਦੇ ਵਿੱਚ ਆ ਕੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਗੋਲੀਬਾਰੀ ਕਰ ਰਹੀ ਸੀ ਤਾਂ ਵੀ ਤੁਹਾਡੇ ਕਿਸੇ ਸੀਨੀਅਰ ਲੀਡਰ ਵੱਲੋਂ ਕੋਈ ਐਸੇ ਸਵਾਲ ਨਹੀਂ ਪੁੱਛੇ ਗਏ, ਨਾ ਹੀ ਤੁਸੀਂ ਇੰਡੀਆ ਅਲਾਇੰਸ ਦੇ ਵਿੱਚ ਗਠਬੰਧਨ ਵਿੱਚ ਸ਼ਾਮਿਲ ਹੋਏ, ਨਾ ਮੀਟਿੰਗ ਜੁਆਇਨ ਕੀਤੀਆਂ ਜੇ ਵਾਕਈ ਤੁਸੀਂ ਪੰਜਾਬ ਹਿਤੈਸ਼ੀ ਸੀਗੇ। ਪਰ ਤੁਸੀਂ ਤੁਹਾਡੀਆਂ ਗੱਲਾਂ 'ਚ ਤਾਂ ਇਹ ਸਾਫ਼ ਨਜ਼ਰ ਆ ਰਿਹਾ ਕਿ ਐਂਡ ਤੱਕ ਇਹੀ ਲੜਾਈ ਲੜੀ ਰਹੀ ਕਿ ਵੱਡਾ ਭਰਾ ਸਾਡੇ ਦੋਨਾਂ ਵਿੱਚੋਂ ਕੌਣ ਬਣੇਗਾ। ਸੀਟ ਸ਼ੇਅਰਿੰਗ ਦੇ ਵਿੱਚ ਤੁਹਾਡੀ ਬਹਿਸੋ ਬਸਾਈ ਹੋਈ ਜਿਹਦੇ ਵਿੱਚ ਸਹਿਮਤੀ ਨਾ ਬਣਨ ਕਰਕੇ ਔਰ ਸ਼ਾਇਦ ਅੱਜ ਤੁਸੀਂ ਐਂਡ ਦੇ ਵਿੱਚ ਆ ਕੇ ਅੱਜ ਗਠਬੰਧਨ ਨਹੀਂ ਕਰ ਸਕੇ। ਵੈਸੇ ਤਾਂ ਸੁਨੀਲ ਜਾਖੜ ਜੀ ਨੇ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ, ਇਨਫੈਕਟ ਅਸੀਂ ਨਿਊਜ਼ ਚੈਨਲ ਦੇ ਉੱਤੇ ਸੁਣਿਆ, ਲੇਕਿਨ ਪੰਜਾਬ ਹਿਤੈਸ਼ੀ ਪਹਿਲੇ ਤਾਂ ਪੰਜਾਬ ਹਿਤੈਸ਼ੀ ਸੁਨੀਲ ਜਾਖੜ ਵੀ ਬਣਦੇ ਸੀ, ਲੇਕਿਨ ਐਂਡ ਦੇ ਵਿੱਚ ਉਹਨਾਂ ਨੇ ਰੀਜ਼ਨ ਦਿੱਤਾ ਕਿ ਸਾਡੇ ਵਰਕਰਾਂ ਨਾਲ ਅਸੀਂ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਸਹਿਮਤੀ ਨਾ ਬਣਨ ਕਰਕੇ ਅੱਜ ਇਹ ਗੱਠਜੋੜ ਨਹੀਂ ਹੋ ਪਾ ਰਿਹਾ। ਇੱਥੋਂ ਸਾਫ਼ ਪਤਾ ਚੱਲਦਾ ਹੈ ਕਿ ਪਾਰਟੀਬਾਜ਼ੀ ਦੇ ਵਿੱਚ
प्रायोरिटी ज्यादा दिती जा रही है बजाय ये कि जेडे पंजाब हितैषी बन के अगे किसान भरावां दे लई जिन्हां ने मुद्दे चुकने सीगे अज उह हल पूरे नहीं हो सके ना ये गल रख सके। मैं ये कहांगी कि अज जो देखण नूं मिल रहा है ये तो सानूं पहले ही पता सी कि जो हाल पंजाब दे विच भाजपा ने पंजाबियों दे नाल जो कीता क्योंकि ऐसी पक्की है क्योंकि एक तां लोकतंत्र एंटी लोकतंत्र एंटी पंजाब और एंटी किसान जिहड़ी हैगी है हुण तक इह बन पाई है क्योंकि यह कवर करना हुण इहनां लई बहुत ज्यादा मुश्किल हो गया क्योंकि असीं पहले दिन तो कह रहे हैं कि पिंडां दे विच जाणा इहनां लई बहुत ज्यादा औखा हो जाएगा जवाब देने औखे हो जाएंगे। लेकिन श्रोमणी अकाली दल जे जा रहे ने अज उन्हां दे हितैषी बन के कई बार तो डिबेट्स विच इदां भी लगता है कि हजे भी भाजपा दे नाल गठबंधन करन वास्ते बैठे ने किसी ना किसी तरह दे नाल कोई ना कोई गठबंधन की गल बन जाए क्योंकि हजे तक हुण भी श्रोमणी अकाली दल देखा जाए कोई भी टिकट अनाउंस नहीं हुई है। सो मैं यही कहांगी कि यह तो इन्हों पहले सोचना चाहिए कि जड़े जिस वेले साढ़े किसान भरा 700 तो ज्यादा शहीद हो गए थे उस वेले जो भाजपा ने कह के जो ये धरना उठवाया जिथे MSP की गरंटियां मंगिया गई सी अज फिर किसान भरा उत्थे धरने लगाने मजबूर हो गए फिर तो गोलीबारी सह रहे ने माहौल बनता ही ना जे बाद सारिया मंगा पूरिया कर देंगे। लेकिन ये सोच के बैठे थे कि शायद किसी किसी तरह असं इलैक्शनों के लागे सारिया गल्लां छेड़ेंगे तो फिर कोई हल कढ़ सकी हुण चोण जाबता लगन के लागे ये सारा प्रोसीजर देखने को मिले इन्हों भी पता सी कि इन्हों की मंगा हुण तो पूरिया हो नहीं सकदियां ना असं कर सकते हैं ना असं पंजाब हितैषी बनना चाहते ना असं पंजाब वल फोकस करना चाहते क्योंकि अज भी भाजपा को अपने अपने कैंडीडेट उतारन की कैपेबिलिटी रही नहीं क्योंकि सब उधार के मंगे हुए कैंडीडेट अज पंजाब दे विच भाजपा ने उतारे है असं सारे ने देखिया लेकिन गल्लां ते इन्हां नूं जवाब देने पैणगे किसानां दे जो इन्हां ने वादे कीते सी टीना जी कतरा जी तों जवाब लैणे हां जी राजीव जी जो टीना जी ने सवाल उठाए ने मैं समझदा टीना जी नूं गठबंधन की गल करना इन्हां नूं बनदा नहीं तां आम आदमी पार्टी दे नाल कभी दिल्ली जाके गठबंधन करते ने इत्थे आके गाला कढ़दे ने कभी उत्थे जांदे ने आप आम आदमी पार्टी च आए ने और कभी उत्थे जाके चंडीगढ़ गठबंधन इत्थे नहीं है इन्हां दा कोई ना इन्हां दा धर्म ना कोई इस पार्टी दा तुसीं जानदे हो 70 साल दे विच इन्हां ने कीता जो इन्होंने पंजाब दा हिंदुस्तान दा साडा दा बुरा हाल कीता कांग्रेस जिम्मेवार है इस करके मैं इन्हां बारे कुछ नहीं कहना चाहता। दूजी गल जिहड़ी गरंटी की गल की है जिहड़ी इन्होंने गल की MSP ते MSP सरकार ने कहा सी जिहड़ियां तुसीं फसलां बीजदे हो 5 फसलां जिहड़ियां हैगियां असीं उहदी गरंटी देण नूं तैयार हाँ। मैं आप खेतीबाड़ी करता आप एक खेती किसानां दा बेटा मैनूं पता क्योंकि असीं आप फसलां बीजनियां छड्डतियां जदों फसलां बीजांगे फसल मंडी दे विच आएगी जदों मंडी च फसल आएगी अपने आप सरकार ने कहना है। मैं समझदा भी जे MSP तो भी उपर रेट दे विच विकनी शुरू हो जानी है कोई जदों किसी चीज की पैदावार होनी शुरू हो जाती है अज असीं साडी बदकिस्मती है क्योंकि सानू झोने की आदत पई किसान सानू इहदी आदत पै गई कणक की जदों असीं अगे फसलां बीजदे सी सरकार पूरी तरह चाहती है भी जिहड़ा पंजाब दा किसान आ वह तकड़ा हो तकड़ा भी है महाराज की पूरी कृपा साढ़े पंजाब के उपर अज भी पूरी कृपा है और जो सेंटर साड़ी भारतीय जनता पार्टी की सरकार है वह पूरी गंभीरता ना रही है गल है जी किसानों की गल है किसानों के और किसान यूनियन के बहुत फर्क है किसान अज भी नाल है मैं लोग सभा हल्का इंचार्ज भी हूं इतने अज भी पिंडा चो आया मैं जगराओं के पिंडा सानू कभी किसी रोकया नहीं मैं उतों ही आया पिंडा च कंप्लेन करके आया सानू किसी ने नहीं रोकया इस करके गल है किसान कोई यूनियन जा कोई बंदा किसी का कोई विरोध करता होगा वाले साहब तो तक खबर पहुंची है लेकिन असं पिंड जा रहे हैं साडा कोई नहीं है ईवन कांग्रेस पार्टी लोग क्वेश्चन पूछ रहे हैं भी तुम 84 साढ़े पंजाब का की हाल किया 47 साढ़े पंजाब की हाल किया साढ़े दंगों का जवाब दो कांग्रेस तो क्वेश्चन पूछे जा रहे हैं सानू कोई नहीं पूछ रहा असं अज भी थोड़ा कह रहे हैं मैं स्टूडियो तो बह के मैं पार्टी का प्रवक्ता भी हाँ ऑफिशियल प्रवक्ता है मानयोग सुनील जाखड़ जी वालों ये गल है भी इलेक्शन तो बाद तुरंत जाके जो समस्या हो गई सानू दिल्ली बैठ के सारा कुछ होगा इस करके सारे लोग जवाब हाँ जी हाँ जी सारा का सारा झूठा प्रचार किया जा रहा है ये मनाही दी जाए जदों भाजपा नूं कोई सवाल का जवाब नहीं आता यह हर वाले 84 दी गल्लां ही छेड़ देंगे ने यह भुल जाते हैं कि इन्होंने अपने लीडर ही 84 दे विच हाथों के बैनर फड़ के कहते थे कि पंजाब दे विच जिहड़ी फौज दे हवाले की जाए है तो बॉर्डर का एरिया फौज के हवाले किया जाए तो तुहाडी ही पार्टी के जिहड़े
दंगे नहीं भुल सके कांग्रेस को सवाल किए जा मैं चैलेंज कर दी तुम्हें ਤੁਸੀਂ 10 ਤੋਂ ਵੱਧ 20 ਬੰਦੇ ਇਕੱਠੇ ਕਰਕੇ ਇਹ ਵੀਡੀਓ ਬਣਾ ਕੇ ਜਾਰੀ ਤੇ ਕਰੋ ਦਿੱਲੀ ਦੇ ਵਿੱਚ ਉਹਦਾ ਕਿਹੜਾ ਜਵਾਬ ਨਹੀਂ ਦਿੰਦੇ ਤੁਸੀਂ ਉਹਦਾ ਜਵਾਬ ਦਿਓ ਤੁਸੀਂ ਕਿਹੜਾ ਕੈਂਡੀਡੇਟ ਡਿਕਲੇਅਰ ਕਰਦੇ ਨੇ ਜ਼ਿਕਰ ਤੁਸੀਂ ਆਪਦਾ ਘਰ ਸਫਲਤਾ ਨਹੀਂ ਪਿਆ ਤੁਹਾਡੇ ਤੋਂ ਘੱਟੋ ਘੱਟ 20 ਬੰਦੇ ਇਕੱਠੇ ਕਰਕੇ ਉਹਨਾਂ ਦੀ ਵੀਡੀਓ ਬਣਾ ਕੇ ਚੈਨਲ ਵਾਲਿਆਂ ਨੂੰ ਦਿਓ ਐ ਵਾਲੇ ਸਭ ਨੂੰ ਦਿਓ ਪਤਾ ਤੇ ਲੱਗੇ ਕਿ ਪਿੰਡਾਂ ਦੇ ਲੋਕ ਕਹਿ ਕੀ ਰਹੇ ਨੇ ਝੂਠ ਪ੍ਰਚਾਰ ਕਰੀ ਜਾ ਰਹੇ ਹੋ ਕਾਹਦੇ ਲੋਕ ਸਭਾ ਇੰਚਾਰਜ ਸਰ ਤੁਸੀਂ ਕੀ ਕਰੋਗੇ ਤੁਸੀਂ ਸਾਰੇ ਪਿੰਡਾਂ 'ਚ ਘੁੰਮ ਰਹੇ ਨੇ ਤੁਹਾਡੇ ਕੋਲ ਆਪਦੇ ਕੋਲ ਕੈਂਡੀਡੇਟ ਹੈ ਨੀਗੇ ਤੁਹਾਡੇ ਕੈਂਡੀਡੇਟ ਭੱਜੀ ਜਾ ਰਹੇ ਨੇ ਤੁਸੀਂ ਤੁਹਾਡੇ ਤੱਕ ਤੁਸੀਂ ਕੀ ਜਵਾਬ ਤੁਹਾਡੇ ਤੋਂ ਆਪਣਾ ਘਰ ਸਫਲਤਾ ਨਹੀਂ ਕੁਛ ਤੁਹਾਡੇ ਤੋਂ ਆਮ ਆਦਮੀ ਪਾਰਟੀ ਦੇ ਲੈ ਕੇ ਬੰਦੇ ਉਹ ਚਲੇ ਗਏ ਕੁਛ ਬੀਜੇਪੀ ਚਲੇ ਗਏ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੋਗੇ ਤੁਸੀਂ ਇਹ ਕੋਈ ਗੱਲ ਰਜੀਵ ਜੀ ਜਿਹੜੀ ਗੱਲ ਰਜੀਵ ਕਤਨਾ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਕਦਾ ਜਿਹੜੇ ਪਿੰਡਾਂ 'ਚ ਤੁਸੀਂ ਗਏ ਹੋ ਸਕਦਾ ਨਿੱਜੀ ਤੌਰ ਤੇ ਤੁਹਾਡੇ ਨਾਲ ਕਿਸੇ ਤਰ੍ਹਾਂ ਵਿਰੋਧ ਨਾ ਕਿਸੇ ਕਿਸਾਨ ਨੇ ਕੀਤਾ ਹੋਵੇ ਪਰ ਮੈਂ ਜੋ ਕਹਿ ਰਿਹਾ ਮੀਡੀਆ ਦੇ ਵਿੱਚ ਸਭ ਨੇ ਦੇਖਿਆ ਕਿ ਪਿੰਡਾਂ ਦੇ ਵਿੱਚ ਬਹੁਤ ਸਾਰਿਆਂ 'ਚ ਬੋਰਡ ਲੱਗ ਗਏ ਫਲੈਕਸ ਲੱਗ ਗਏ ਕਿ ਜੇ ਤੁਸੀਂ ਪਿੰਡਾਂ 'ਚ ਬੜੇ ਤਾਂ ਆਪ ਜ਼ਿੰਮੇਵਾਰ ਹੋਵੋਗੇ ਜੋ ਕੁਛ ਫਰੀਦਕੋਟ 'ਚ ਹੋਇਆ ਉਹ ਤਾਂ ਸਭ ਦੇਖ ਰਹੇ ਜਿਹੜਾ ਹੰਸ ਨੂੰ ਜਦੋਂ ਕਾਲੀਆਂ ਝੰਡੀਆਂ ਦਿਖਾਈਆਂ ਜਿਸ ਤਰੀਕੇ ਨਾਲ ਰਜੀਤ ਚਟਾਲਾ ਹਰਿਆਣਾ 'ਚ ਭੱਜਿਆ ਇਹ ਵੀ ਸਭ ਨੂੰ ਪਤਾ ਹੈ ਔਰ ਮੀਡੀਆ 'ਚ ਆ ਰਿਹਾ ਹੈ ਇਸ ਕਰਕੇ ਕਤਰਾ ਜੀ ਇਹ ਠੀਕ ਹੈ ਰਿਕ ਤਾਂ ਮੈਂ ਜਾਂਦਾ ਇਸ ਨਹੀਂ ਕਰਦਾ ਹੋ ਸਕਦਾ ਤੁਸੀਂ ਠੀਕ ਕਹਿ ਰਹੇ ਹੋਵੋਗੇ ਲੇਕਿਨ ਜੋ ਟੀਨਾ ਚੌਧਰੀ ਗੱਲ ਕਰ ਰਹੇ ਨੇ ਨਾ ਆਪਰੇਸ਼ਨ ਬਲੂ ਸਟਾਰ ਦੀ ਜਿਹਦਾ ਤੁਸੀਂ ਜ਼ਿਕਰ ਕੀਤਾ ਇਹ ਸ਼ਾਇਦ ਕਿਤਾਬ ਤਾਂ ਕਹਿ ਰਹੇ ਨੇ ਇਹਨਾਂ ਨੇ ਨਾਂ ਨਹੀਂ ਲਿਆ ਮਾਈ ਕੰਟਰੀ ਮਾਈ ਲਾਈਫ ਐਲ ਕੇ ਅਡਵਾਨੀ ਸਾਹਿਬ ਦੀ ਕਿਤਾਬ ਤੁਸੀਂ ਵੀ ਪੜ੍ਹ ਲਓ ਕਿਉਂਕਿ ਇੰਚਾਰਜ ਹੋ ਤੁਹਾਡੇ ਵੀ ਕੰਮ ਆਊਗੀ ਜਿਹਦੇ 'ਚ ਇਹ ਕਹਿੰਦੇ ਨੇ ਕਿ ਵੀ ਮੈਂ ਅਸੀਂ ਇਹ ਕਰਾਇਆ ਅਸੀਂ ਕਿਹਾ ਇੰਦਰਾ ਗਾਂਧੀ ਨੂੰ ਖੈਰ ਮੈਂ ਇਹ ਸਾਰੀ ਗੱਲ ਜਿਹੜੀ ਸਾਡੇ ਪੋਲੀਟੀਕਲ ਜਿੰਨੇ ਪੈਨਲਿਸਟ ਨੇ ਆਪਣੇ ਆਪਣੇ ਪੱਧਰ ਤੇ ਕਰ ਰਹੇ ਨੇ ਉਹਨਾਂ ਦੇ ਸਵਾਲ ਜਵਾਬ ਵੀ ਲਵਾਂਗੇ ਅਖੀਰਲੇ ਗੇੜ 'ਚ ਇੱਕ ਦੂਜੇ ਨਾਲ ਲੇਕਿਨ ਨਿਰਪੱਖ ਟਿੱਪਣੀ ਧਾਲੀਵਾਲ ਸਾਹਿਬ ਦੀ ਇਸ ਇਸ਼ੂ ਤੇ ਧਾਲੀਵਾਲ ਸਾਹਿਬ ਵਾਲੀਆ ਸਾਹਿਬ ਗੱਲ ਇਹ ਹੈ ਵੀ ਥੋੜਾ ਜਿਹਾ ਤਾਂ ਆਪਾਂ ਤੋਂ ਵੀ ਗਲਤੀ ਹੁੰਦੀ ਹੈ ਕਿਸਾਨਾਂ ਵੱਲੋਂ ਭਾਜਪਾ ਦੇ ਵਿਰੋਧ ਦੀ ਬਜਾਏ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਕਰ ਲਈਏ ਜ਼ਿਆਦਾ ਬਿਹਤਰ ਹੋਏਗਾ ਸੋ ਬਾਕੀ ਇਹ ਹੈ ਬਹੁ ਗਿਣਤੀ ਕਿਸਾਨਾਂ ਵੱਲੋਂ ਵਿਰੋਧ ਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਪਰ ਫਿਰ ਵੀ ਟੈਕਨੀਕਲ ਗੱਲ ਹੈ ਇਹਨਾਂ ਦੀ ਕਹਿ ਲੈਂਦੇ ਨੇ ਪਰੰਤੂ ਮੇਰਾ ਜਿਹੜਾ ਸਵਾਲ ਇਹ ਹੈ ਕਿ ਜਦੋਂ ਕਿਸਾਨਾਂ ਨੇ ਪਹਿਲਾ ਮੋਰਚਾ ਲਾਇਆ ਗੁਰਪੁਰਬ ਦੇ ਦਿਨ ਦੇ ਪ੍ਰਧਾਨ ਮੰਤਰੀ ਆ ਕੇ ਅਨਾਊਂਸ ਕਰ ਦਿੰਦੇ ਨੇ ਕਿ ਅਸੀਂ ਸਾਰੇ ਵਾਪਸ ਲੈ ਲਏ ਕਾਲੇ ਕਾਨੂੰਨ ਪਰੰਤੂ ਉਹਦੇ ਨਾਲ ਇਹ ਸਾਰਾ ਕੁਛ ਸੀ ਨਾ ਕਿ ਇਹਦੇ ਵਿੱਚ ਇਸ ਪੀਰੀਅਡ ਦੇ ਵਿੱਚ ਕੋਈ ਮੀਟਿੰਗ ਕਰਕੇ ਸਮੱਸਿਆਵਾਂ ਦੇ ਹੱਲ ਵੀ ਲੱਭਣੇ ਸੀ ਉਹ ਅੱਜ ਤੱਕ ਇੱਕ ਮੀਟਿੰਗ ਨਹੀਂ ਬੁਲਾਈ ਇਹਨਾਂ ਨੇ ਕਿਸੇ ਮੀਟਿੰਗ ਨਹੀਂ ਬੁਲਾਈ ਤੇ ਜਿਹੜੀ ਇੱਕ ਕਮੇਟੀ ਬਣਾਈ ਸੀ ਉਹਦੀ ਕੋਈ ਵੀ ਮੀਟਿੰਗ ਨਹੀਂ ਹੋਈ ਉਹਦੀ ਕੋਈ ਪ੍ਰੋਸੀਡਿੰਗ ਨਹੀਂ ਹੋਈ ਤੇ ਹੁਣ ਜਦੋਂ ਅੰਦੋਲਨ ਦੋਸ਼ ਤਾਂ ਇਹ ਲੱਗਦਾ ਹੈ ਕਿ ਇਹ ਵਾਲਾ ਜਿਹੜਾ ਅੰਦੋਲਨ ਸੀ ਉਹ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਨਾਲ ਹੋ ਰਿਹਾ ਸੀ ਇਹਨਾਂ ਦੇ ਮੇਲ ਮਿਲਾਪ ਨਾਲ ਸੀ ਵਿਰੋਧੀ ਜਥੇਬੰਦੀਆਂ ਵੱਲੋਂ ਇਹ ਦੋਸ਼ ਨੇ ਮੇਰੇ ਵੱਲੋਂ ਨਹੀਂ ਹੈਗੇ ਪਰੰਤੂ ਉਹਦੇ ਵਿੱਚ ਵੀ ਜਿਸ ਕਿਸਮ ਨਾਲ ਕਿੱਲਾਂ ਲਾਈਆਂ ਗਈਆਂ ਸਾਰਾ ਕੁਛ ਗਿਆ ਮਤਲਬ ਉਹ ਇੱਦਾਂ ਦਾ ਸੀ ਜਿੱਦਾਂ ਕਿਸਾਨਾਂ ਨੂੰ ਸਪੈਸ਼ਲੀ ਨਾਗਰਿਕ ਨਹੀਂ ਮੰਨਿਆ ਜਾ ਰਿਹਾ ਮੁਲਕ ਦੇ ਤੇ ਜੇ ਨਾਗਰਿਕ ਨਹੀਂ ਮੰਨਿਆ ਜਾ ਰਿਹਾ ਤਾਂ ਮੇਰਾ ਖਿਆਲ ਹੈ ਕਿ ਨੈਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਤੋਂ ਵੋਟ ਮੰਗਣ ਦਾ ਹੱਕ ਨਹੀਂ ਪਹਿਲਾਂ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਸਾਰੇ ਕਿਸਾਨ ਮੁਲਕ ਦੇ ਨਾਗਰਿਕ ਨੇ ਤੇ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਉਹ ਕਿਤੇ ਵੀ ਸੰਵਿਧਾਨ ਦੇ ਦਾਇਰੇ 'ਚ ਰਹਿੰਦੇ ਹੋਏ ਪ੍ਰੋਟੈਸਟ ਕਰ ਸਕਦੇ ਜੇਕਰ ਭਾਰਤੀ ਜਨਤਾ ਪਾਰਟੀ ਇਸ ਨੂੰ ਮੰਨਦੀ ਹੈ ਫਿਰ ਇਹਦਾ ਜਵਾਬ ਬਣਦਾ ਹੈ ਕਿ ਉਹਨਾਂ ਨੂੰ ਹਾਂ ਦਿੱਲੀ ਵਿੱਚੋਂ ਕੋਈ ਗੜਬੜ ਕਰਦੇ ਸੀ ਦਿੱਲੀ ਦੀ ਸਰਕਾਰ ਰੋਕਦੀ ਸਮਝ 'ਚ ਆਉਂਦੀ ਸੀ ਇੱਕ ਸਟੇਟ ਬਾਰ ਕਿਉਂ ਰੋਕ ਰਹੀ ਹੈ ਜਦੋਂ ਕਿ ਸਾਰੇ ਹਿੰਦੁਸਤਾਨ ਦਾ ਧਰਨਾ ਹੈ ਪੰਜਾਬ ਦੀ ਸਰਕਾਰ ਨਹੀਂ ਰੋਕ ਰਹੀ ਯੂਪੀ ਦੀ ਸਰਕਾਰ ਨਹੀਂ ਰੋਕ ਰਹੀ ਮਹਾਰਾਸ਼ਟਰ ਦੀ ਨਹੀਂ ਰੋਕ ਰਹੀ ਹਰਿਆਣਾ ਸਰਕਾਰ ਨੂੰ ਇਹ ਨੇ ਦਿੱਤਾ ਤੇ ਕੱਲ ਨੂੰ ਕਿਸੇ ਹੋਰ ਪੰਜਾਬ ਦੇ ਲੋਕ ਇਸ ਤਰ੍ਹਾਂ ਹੋਇਆ ਕਰੇਗਾ ਸੋ ਇਸ ਕਰਕੇ ਇੱਥੇ ਭਾਰਤੀ ਪਾਰਟੀ ਬੁਰੀ ਤਰ੍ਹਾਂ ਫਸੀ ਹੈ ਇਹਨਾਂ ਨੂੰ ਅਸੀਂ ਇਹ ਕਹਿ ਕੇ ਅਸੀਂ ਕੁਚਲ ਦੇਵਾਂਗੇ ਇਹਨਾਂ ਨੂੰ ਪਰੰਤੂ ਹੁਣ ਇਲੈਕਸ਼ਨਾਂ ਦਾ ਦੌਰ ਹੈ
यूपी की इलेक्शन आई सी उस समय यह भारतीय जनता पार्टी ने एक दाग खेडिया यूपी विच इन्हां नूं बहुत गिणतां भी मिलियां इन्हां नूं यह भरम रहा कि शायद किसानां नूं ओना वड्डा समर्थन नहीं मिलेगा जां यह कह लो कि किसानां तों बिना यह अपना चाहते ने मजदूर ते किसान तों बिना भी सरकार बना सकते हैं जिहड़ियां उन्हां तों बिना नुमाइंदा जमात चाहे वह धर्म होवे चाहे हिंदूवाद हो बेस से ही जित सकते हैं परंतु भुल जाते हैं कि सारे धर्मां दे सारियां जातियां दे लोक आते हैं सो इत्थे आके मैनूं लगता है कि भारतीय जनता पार्टी किते ना किते फस गई है ते जिहड़ा अकाली दल दे समझौते दा इशू है मैं समझ पहला ही तय हो गया सी इन्हां ने पसण की सी कि जेकर इह समझौता हो भी जावे अकाली दल का जिहड़ा मूल वोटर किसान है वह भारतीय जनता पार्टी नूं वोट नहीं पाएगा मेरे मुताबिक मेरी परसैप्शन यह है कि समझौता इसलिए नहीं सिरे चढ़िया वड्डे भरा जां छोटे भरा का रौला तो यह तो दलीलां बनाईआं जा रही ने असल च समझौता इसलिए सिरे नहीं चढ़िया क्योंकि दोवां पार्टियां नूं यह लग्या कि सानूं उन्हां दे काडर की वोट है जिहड़ी वह कई कारण करके ट्रांसफर नहीं होएगी मैनू ही लगता है कि इहदे विच इह इह जिहड़े महत्वपूर्ण मुद्दे ने जी वालिया साहब ਧਾਲੀਵਾਲ ਸਾਹਿਬ ਕਹਿ ਰਹੇ ਹੋ ਅਕਾਲੀਆਂ ਨੂੰ ਇਉਂ ਲੱਗਿਆ ਕਿ ਸਾਨੂੰ ਪੁੱਠਾ ਪੈ ਸਕਦਾ ਪਿੰਡਾਂ 'ਚ ਇਹਨਾਂ ਨੂੰ ਤਾਂ ਜਿਹੜਾ ਪਹਿਲਾਂ ਨਹੀਂ ਵੜਨ ਦੇ ਰਹੇ ਕਿ ਸਾਡੇ ਨਾਲ ਵੀ ਪ੍ਰੋਬਲਮ ਨਾ ਖੜੀ ਹੋ ਜੇ ਇਸ ਗੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਘੱਟੋ ਘੱਟ ਉਹਨਾਂ ਦੇ ਜਿਹੜੀ ਕੋਰ ਕਮੇਟੀ ਜਿਹਦੇ 'ਚ ਫੈਸਲਾ ਹੋਇਆ ਸੀ ਕਿ ਅਸੀਂ ਤਾਂ ਸਿਧਾਂਤਕ ਰਾਜਨੀਤੀ ਕਰਨੀ ਹੈ ਤੇ ਉਸ ਕਰਕੇ ਚਲੋ ਖੈਰ ਸਾਡਾ ਮੁੱਦਾ ਅੱਜ ਇਹ ਹੈ ਕਿ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਹਾਲਾਂਕਿ ਗੱਲ ਅਸੀਂ ਜਥੇਬੰਦੀਆਂ ਦੀ ਕਰ ਰਹੇ ਹਾਂ ਕਿਉਂਕਿ ਐਸ ਕੇ ਐਮ ਨੇ ਕੱਲ੍ਹ ਮੀਟਿੰਗ ਕੀਤੀ ਹੈ 32 ਜਥੇਬੰਦੀਆਂ ਨੇ ਕਿ ਅਸੀਂ ਜੋ ਤਿਆਰ ਕਰ ਰਹੇ ਹਾਂ ਕਿਵੇਂ ਵਿਰੋਧ ਕਰਨਾ ਹੈ ਤਾਂ ਉਹੀ ਯੋਜਨਾਬੱਧ ਵਿਰੋਧ ਦੀ ਗੱਲ ਅਸੀਂ ਇਸ ਪ੍ਰੋਗਰਾਮ 'ਚ ਕਰ ਰਹੇ ਹਾਂ ਲੇਕਿਨ ਬਹੁਤ ਸਾਰੀਆਂ ਗੱਲਾਂ ਜਿਹੜੀ ਤੀਨਾ ਚੌਧਰੀ ਜੀ ਕਹਿ ਰਹੇ ਸੀ ਜੇ ਉਹ ਚੰਗੀ ਤਰ੍ਹਾਂ ਕਲੀਅਰ ਕਰ ਦਿੰਦੇ ਤੇ ਗੱਲ ਹੋਰ ਜ਼ਿਆਦਾ ਕਲੀਅਰ ਤੁਹਾਡੇ ਸਾਹਮਣੇ ਹੋਣੀ ਸੀ ਕਿ ਜਿਹੜੇ ਕਤਨਾ ਜੀ ਕਹਿ ਰਹੇ ਨੇ ਕਿ ਅਸੀਂ 5 ਫਸਲਾਂ ਤੇ ਕਿਉਂਕਿ ਉਹ ਕਹਿੰਦੇ ਨੇ ਮੈਂ ਕਿਸਾਨ ਦਾ ਬੇਟਾ ਹੈ 5 ਫਸਲਾਂ ਤੇ ਸਰਕਾਰ MSP ਦੇਣ ਨੂੰ ਤਿਆਰ ਹੈ ਪਹਿਲੇ ਦੱਸੋ MSP ਨਹੀਂ ਹੈ ਜਿਹੜੀ ਪੇਸ਼ਕਸ਼ ਹੋਈ ਸੀ ਉਹ 5 ਫਸਲਾਂ ਦੀ ਕੰਟਰੈਕਟ ਫਾਰਮਿੰਗ ਹੈ ਉਹ ਵੀ ਸ਼ਰਤਾਂ ਦੇ ਤਹਿਤ ਹੈ ਕਿ ਜੇ ਤੁਸੀਂ ਇਸ ਨੂੰ ਜਿਹੜੀ ਡਾਇਵਰਸੀਫਿਕੇਸ਼ਨ ਪਰ ਜਾਣਾ ਹੈ ਤੇ ਤਾਂ ਤੁਸੀਂ ਇਹਦੇ 'ਚ ਅਸੀਂ ਉਹ ਫਸਲ ਨੂੰ ਚੱਕਾਂਗੇ ਉਹ ਵੀ ਸਿਰਫ 5 ਸਾਲ ਲਈ ਹੈ ਉਹ ਕੋਈ ਗਰੰਟੀ ਨਹੀਂ ਹੈ ਸੋ ਇਹ ਮਸਲੇ ਕਈ ਨੇ ਤੋ ਇਸ ਕਰਕੇ ਕਿਸਾਨਾਂ ਦਾ ਜਿਹੜਾ ਇਹ ਮਸਲਾ ਹੈ ਉਹਨਾਂ ਨੂੰ ਲੱਗਿਆ ਕਿ ਮੌਕਾ ਹੈ ਜਦੋਂ ਅਸੀਂ ਦਬਾਅ ਬਣਾ ਸਕਦੇ ਹਾਂ ਸੋ ਹੁਣ ਦੂਜੇ ਪਾਸੇ ਅੱਜ ਕਾਂਗਰਸ ਨੇ ਜਦੋਂ ਆਪਣਾ ਨਿਆਂ ਪੱਤਰ ਜਾਂ ਗਰੰਟੀ ਪੱਤਰ ਜਾਰੀ ਕੀਤਾ ਹੈ ਉਹਦੇ 'ਚ ਗਰੰਟੀ ਦੀ ਗੱਲ ਕੀਤੀ ਹੈ MSP ਦੀ ਸੋ ਇਹ ਇਲੈਕਸ਼ਨ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੁਭਾਵਿਕ ਨੇ ਤੇ ਹੋ ਰਹੀਆਂ ਨੇ ਅਸੀਂ ਤਾਂ ਇਹ ਦੇਖਣਾ ਨਾ ਜਦੋਂ ਇਹ ਵਿਰੋਧ ਕਰ ਰਹੇ ਨੇ ਉਹਦਾ ਕਿੰਨਾ ਕਸਰ ਹੋਣਾ ਹੈ ਅਸੀਂ ਚਰਚਾ ਜਾਰੀ ਰੱਖਦੇ ਹਾਂ ਇੱਕ ਬ੍ਰੇਕ ਹੋਣ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਗੱਲ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਇਹ ਮਸਲੇ ਉਠਾ ਰਹੀਆਂ ਨੇ ਔਰ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਖਾਸ ਤੌਰ ਤੇ ਸੁਨੀਲ ਜਾਖੜ ਸਾਹਿਬ ਖੁਦ ਕਿਸਾਨ ਨੇ ਔਰ ਉਹਨਾਂ ਨੂੰ ਪਤਾ ਹੈ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੇ ਉਹਨਾਂ ਦੇ ਜਿਹੜੀਆਂ ਦਲੀਲਾਂ ਨੇ ਉਹਦੀ ਕੋਈ ਕਾਟ ਨਹੀਂ ਹੈ ਪਰ ਬਹੁਤ ਵਾਰ ਪਾਰਟੀ ਲੈਵਲ ਤੇ ਤੁਹਾਨੂੰ ਪਾਰਟੀ ਲਾਈਨ ਤੇ ਚੱਲਣਾ ਪੈਂਦਾ ਗੱਲ ਤਾਂ ਇਹ ਹੈ ਵੀ ਜਿਸ ਤਰੀਕੇ ਦੇ ਚਿਹਰੇ ਖੜੇ ਕੀਤੇ ਨੇ ਭਾਰਤੀ ਜਨਤਾ ਪਾਰਟੀ ਨੇ ਕੀ ਉਹ ਨਿੱਜੀ ਆਪਦੇ ਸੂਖ ਨਾਲ ਪਿੰਡਾਂ 'ਚ ਜਾ ਸਕਣਗੇ ਵੋਟ ਲੈ ਸਕਣਗੇ ਸਵਾਲ ਤਾਂ ਇਹ ਖੜਾ ਹੁੰਦਾ ਜਦੋਂ ਕਿਸਾਨ ਵਿਰੋਧ ਕਰਨ ਦਾ ਦਾਅਵਾ ਕਰਦੇ ਨੇ ਹੁਣ ਤਾਂ ਖਬਰਾਂ ਇਹ ਵੀ ਆ ਰਹੀਆਂ ਨੇ ਇੱਕ ਹੋਰ IAS ਜਿਹੜੇ ਮਲੂਕਾ ਸਾਹਿਬ ਦੇ ਡਾਟਰ ਇਨ ਲਾ ਉਹਨਾਂ ਦਾ ਵੀ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਨੇ ਅਸਤੀਫਾ ਦਿੱਤਾ ਆਪਣੀ ਪੋਸਟ ਤੋਂ ਉਹਦੀ ਵੀ ਚਰਚਾ ਹੋ ਰਹੀ ਹੈ ਜਾਂ ਜੋ ਵੀ ਹੈ ਜਿਸ ਤਰ੍ਹਾਂ ਦੇ ਚਿਹਰੇ ਖੜੇ ਕੀਤੇ ਨੇ ਉਹ ਲੋਕਾਂ 'ਚ ਵਿਚਰ ਰਹੇ ਨੇ ਹੁਣ ਤਰਨਜੀਤ ਸਿੰਘ ਸੰਧੂ ਉਹ ਤਾਂ ਸੈਰ ਕਰਦੇ ਕਰਦੇ ਵੀ ਵੋਟਾਂ ਮੰਗ ਰਹੇ ਨੇ ਗੱਲ ਤਾਂ ਹੈ ਕਿ ਕਿਸਾਨਾਂ ਨੂੰ ਕਨਵਿੰਸ ਕਰਾ ਸਕਣਗੇ ਅਸੀਂ ਤੁਹਾਡੇ ਲਈ ਕੁਛ ਕਰਨ ਨੂੰ ਤਿਆਰ ਹਾਂ ਜਾਂ ਕੀਤਾ ਬਸ ਮਸਲਾ ਤਾਂ ਇੱਥੇ ਖੜਾ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਕੀ ਕਹੋਗੇ
साहब ने जी टिप्पणी की है भी अकाली दल मैं लगा भी शायद पुठा पै सकता है ता करके उन्होंने किसान की गल की। अकाली दल साहब बड़ा क्लीयर आ, तुसी पुराना इतिहास देख लो, किसानी हकों के लिए किसानी के लिए जे हजे तक पंजाब दे विच किसी ने भी सब तो वध किसी नूं कीता है तो श्रोमणी अकाली दल ने किया है। चाहे किसानों के बिजली माफ किए हो, चाहे ट्रैक्टर के टैक्स माफ किए हो, चाहे उन्होंने कर्जे माफ किए हो, चाहे उन्होंने लिए फ्री बिजलियां की हो, चाहे किसानों के हकों के लिए जिन्या भी हजे तक जो भी अमेंडमेंट वो श्रोमणी अकाली दल ने ही कीतिया ने। सो यह भी श्रोमणी अकाली दल शुरू तो ही किसानी और पंजाब के हकों के लिए खड़ा आया। तुम शायद कंडीशन प्रॉपर नहीं पढ़िया जिड़िया भाजपा के अगे असी कंडीशन रखिया ने, उस सिर्फ किसानी मुद्दे नहीं होर भी पंजाब के मुद्दे मंदी सिंघा के मुद्दे और होर भी जेडे पंजाब के पंथ रिलेटिड कई सारे मुद्दे ने उन्हां दे विच असी बड़े स्पष्ट हाँ कि जब तक यह हल नहीं होणगे तद तक किसी तरीके का भी समझौते की गल नहीं चल सकती। उन्हें बेनती गल का जवाब देना चाहवांगा जी टीना जी ये कहिंदे ने जी बीबी जी बीबी जी कहिंदे ने कि ये जी भी इन्हां दी हले एमपी दी अनाउंसमेंट नहीं हुई, ये हले तक भी जी भाजपा दे नाल गठबंधन करन दी तैयारी च ने, थोड़ी लिस्ट कित्थे है जी, आप दी पीढ़ी हेठता सूटा फेरो जी, ਤੁਸੀਂ ਤਾਂ ਆਪ ਉੱਤੇ ਬਹਿ ਕੇ ਫਰੈਂਡਲੀ ਮੈਚ ਖੇਡ ਰਹੇ ਹੋ ਵੀ ਪੰਜਾਬ ਦੇ ਵਿੱਚ ਸੱਤਾ ਧਿਰ ਪਾਰਟੀ ਦੇ ਨਾਲ ਕਿੱਦਾਂ ਰਲ ਕੇ ਖੇਡਣਾ ਹੈ, ਤੁਸੀਂ ਤੇ ਹਾਲੇ ਥੋੜੀ ਲਿਸਟ ਕੀਤੇ ਆ, ਤੁਸੀਂ ਤਾਂ ਆਪ ਸਲਾਹਾਂ ਦੇ ਵਿੱਚ ਇਹ ਪਏ ਹੋ ਕਿ ਜਿਹੜੀ ਸਰਕਾਰ ਦੇ ਉੱਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੇ ਅੱਗੇ ਆਪਣੇ ਵੀਟ ਕੈਂਡੀਡੇਟ ਸੁੱਟਣੇ ਨੇ ਕਿ ਵਧੀਆ ਸੁੱਟਣੇ ਨੇ ਕਿ ਕਿੱਦਾਂ ਜਿੱਤਣਾ ਹੈ ਕਿ ਪੰਜਾਬ ਕਿਵੇਂ ਪੰਜਾਬ ਨੂੰ ਹੋਰ ਪੰਜਾਬੀਆਂ ਨੂੰ ਕਿਵੇਂ ਬੇਵਕੂਫ ਬਣਾਉਣਾ ਹੈ, ਸ਼ੰਭੂ ਬਾਰਡਰ ਟੱਪਦੇ ਆਈ ਤੁਹਾਡੇ ਐਲ ਓ ਪੀ ਅਤੇ ਭਗਵੰਤ ਮਾਨ ਸਾਹਿਬ ਸਰਕਾਰ ਦੇ ਮੈਨੂੰ ਲੱਗਦਾ ਵੀ ਇੱਕ ਗੱਡੀ ਸਾਈਡ ਤੇ ਲਾ ਲੈਂਦੇ ਆ ਵੀ ਲੀਲਾ ਮੈਦਾਨ ਉੱਤੇ ਇਕੱਠੇ ਜਾ ਕੇ ਰੈਲੀਆਂ ਕਰਦੇ ਨੇ ਤੇ ਤੁਸੀਂ ਗੱਲਾਂ ਕਰਦੇ ਹੋ ਨੀ ਗਠਬੰਧਨ ਦੀਆਂ। ਪੰਜਾਬ ਦੇ ਹਾਲੇ ਐਡਾ ਵੱਡਾ ਪੰਜਾਬ ਦੇ ਡਾਕੇ ਵੱਜ ਰਹੇ ਨੇ ਅਤੇ ਤੁਸੀਂ ਸ਼ੰਭੂ ਬਾਰਡਰ ਟੱਪਦੇ ਆਈ, ਤੁਸੀਂ ਤਾਂ ਪੰਜਾਬ ਉਹ ਗੱਲ ਇਹ ਆ ਨਾ ਦੁਸ਼ਮਣ ਦੁਸ਼ਮਣ ਦੋਵੇਂ ਦੋਸਤ, ਤੁਸੀਂ ਵੀ ਪੰਜਾਬ ਦੇ ਦੁਸ਼ਮਣ ਆਪ ਵੀ ਪੰਜਾਬ ਦੇ ਦੁਸ਼ਮਣ, ਤੁਸੀਂ ਤਾਂ ਦੋਵੇਂ ਰਲ ਕੇ ਤਾਂ ਪੰਜਾਬ ਨੂੰ ਤਾਂ ਖਾਣਾ ਹੀ ਖਾਣਾ ਆ। ਸੋ ਇਹ ਆ ਵੀ ਤੁਸੀਂ ਤਾਂ ਇਹ ਕਰੋ ਜੀ, ਆਹ ਸਰਕਾਰ ਹੁਣ ਜਦੋਂ ਆਹ ਜਾਂਦੀ ਆ ਲੋਕ ਸਭਾ ਕੋਡ ਆਫ ਕੰਡਕਟ ਹਟਦਾ, ਜਦੋਂ ਅਗਲਾ ਕੋਈ ਸੈਸ਼ਨ ਆਊਗਾ ਤੇ ਆਪ ਦੇ MLA ਨੂੰ ਸਰਕਾਰ ਦੀਆਂ ਕੁਰਸੀਆਂ ਤੇ ਬਹਾਉਣ ਦੀ ਤਿਆਰੀ ਕਰੋ, ਵੀ ਤੁਸੀਂ ਤਾਂ ਇਕੱਠੇ ਹੋ ਕੇ ਬੈਠੋ, ਤੁਸੀਂ ਓਪੋਜੀਸ਼ਨ ਦੇ ਵਿੱਚ ਪੰਜਾਬ ਨੂੰ ਬੇਵਕੂਫ ਕਿਉਂ ਬਣਾਉਂਦੇ ਹੋ? ਗਠਬੰਧਨ ਦੇ ਤੁਹਾਡਾ ਸ਼ੰਭੂ ਤੋਂ ਪਰੇ, ਸ਼ੰਭੂ ਤੋਂ ਉਰੇ ਪੰਜਾਬ ਦੇਸ਼ੀ, ਸ਼ੰਭੂ ਤੋਂ ਪਰੇ ਪੰਜਾਬ ਪੰਜਾਬ ਵਿਰੋਧੀ, ਬੱਲੇ ਹੋ ਸੱਜਣੋ ਬੱਲੇ ਹੋ ਤੁਹਾਡਾ ਦੋਗਲਾ ਚਿਹਰਾ। स्टेट वाइज सारे लिस्टा जारी की जाती है, तो सवाल इसलिए किए जाए तुम तो खेतरी पार्टी हो पंजाब की, तुम होर तो स्टेटा के कितने इलेक्शन तो लड़ना नहीं, ਤੁਸੀਂ ਤਾਂ ਪੰਜਾਬ ਚ ਹੀ ਲੜਨਾ ਤੇ ਪੰਜਾਬ ਸਾਡੀ ਗੱਲਾਂ ਨਾ ਕਰੋ, ਐਟਲੀਸਟ ਅਸੀਂ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਅਸੀਂ ਆਪਣਾ ਡਿਸੀਜਨ ਲਿਆ ਕਿ ਜੋ ਪੰਜਾਬ ਦੇ ਹਾਲਾਤ ਨੇ, ਸੈਂਟਰ ਦੀ ਪੋਲਿਟਿਕਸ ਔਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਹੁਤ ਸਾਰਾ ਅੰਤਰ ਹੁੰਦਾ, ਇਹ ਲੜਾਈ ਸਿਰਫ ਔਰ ਸਿਰਫ ਡਿਕਟੇਟਰਸ਼ਿਪ ਨੂੰ ਖਤਮ ਕਰਨ ਲਈ ਚਲਾਈ ਜਿਹੜਾ ਇੰਡੀਆ ਅਲਾਇੰਸ ਗਠਬੰਧਨ ਕੀਤਾ ਗਿਆ। ਔਰ ਜੇ ਤੁਸੀਂ ਐਨਡੀ ਅਲਾਇੰਸ ਦਾ ਤੁਸੀਂ ਵੀ ਪਹਿਲੇ ਹਿੱਸਾ ਸੀ ਜਿਹੜੇ ਹੁਣ ਨਹੀਂ ਰਹੇ, ਕੋਸ਼ਿਸ਼ਾਂ ਤੇ ਬੜੀਆਂ ਕੀਤੀਆਂ ਤੁਹਾਡੀ ਬਣਨ ਵਾਸਤੇ, ਪਰ ਜੇ ਐਨਡੀ ਅਲਾਇੰਸ ਦੇ ਨਾਲ ਸਾਡਾ ਜੇ ਮੁਕਾਬਲਾ ਹੋ ਰਿਹਾ ਸਾਡਾ ਇੰਡੀਆ ਅਲਾਇੰਸ ਗਠਬੰਧਨ ਦੇ ਵਿੱਚ, ਇਹ ਤਾਨਾਸ਼ਾਹੀ ਨੂੰ ਖਤਮ ਕਰਨ ਵਾਸਤੇ ਅਸੀਂ ਸਾਥ ਜ਼ਰੂਰ ਦਿਆਂਗੇ, ਲੇਕਿਨ ਪੰਜਾਬ ਦੇ ਹਾਲਾਤ ਵਿੱਚ ਹੋਰ ਨੇ। ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੀਤਾ ਸੀ ਤੇ ਸ਼ਰੇਆਮ ਕਹਿ ਰਹੇ ਹਾਂ ਕਿ ਜੋ ਡਿਕਟੇਟਰਸ਼ਿਪ ਉੱਥੇ ਇਨਸਾਫ ਮੰਗਦੇ ਨੇ ਸੈਂਟਰ ਦੇ ਵਿੱਚ, ਉਹ ਸੇਮ ਏਜੰਡਾ ਇਹ ਪੰਜਾਬ ਦੇ ਵਿੱਚ ਵੀ ਚਲਾ ਰਹੇ ਨੇ, ਇਸ ਲਈ ਅਸੀਂ ਡਟ ਕੇ ਖੜੇ ਹਾਂ, ਇਕੱਲੇ ਇਕੱਲੇ ਲੜਾਈ ਲੜਾਂਗੇ। ਉਹ ਡੇ ਵਨ ਤੋਂ ਕਹਿੰਦੇ ਆ ਰਿਹਾ ਕਿ ਅਸੀਂ ਸੀਨੀਅਰ ਲੀਡਰਸ਼ਿਪ ਨੂੰ ਵੀ ਕਿਹਾ ਕਿ ਅਸੀਂ ਵੀ ਪੰਜਾਬ ਦੇ ਵਿੱਚ ਗਠਬੰਧਨ ਕਿਸੇ ਪਾਰਟੀ ਨਾਲ ਨਹੀਂ ਕਰਾਂਗੇ, ਆਮ ਆਦਮੀ ਨਹੀਂ ਕਰ ਰਹੇ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਉਸ ਪਾਰਟੀ ਨੂੰ ਸਪੋਰਟ ਕਰਕੇ ਕੀ ਉਸ ਡਿਕਟੇਟਰਸ਼ਿਪ ਨੂੰ ਸਪੋਰਟ ਨਹੀਂ ਕਰ ਰਹੇ, ਕਿਉਂ ਨਹੀਂ ਕੀਤੀਆਂ ਉੱਥੇ ਵੀ ਤੁਸੀਂ ਰਹਿ ਗਏ, ਸਾਡੇ ਨਾਲ ਆਪਣਾ ਕੰਪੈਰੀਜ਼ਨ ਨਾ ਕਰੋ। ਸਾਡੀ ਪਾਰਟੀ ਨੇ ਆਪਣੀ ਸਟੇਟ ਵਾਈਜ਼ ਸਾਰੀਆਂ ਲਿਸਟਾਂ ਬਹੁਤ ਜਲਦੀ ਅਨਾਉਂਸ ਕਰਾਂਗੇ ਔਰ ਆਪਣੀ ਪਾਰਟੀ ਦੇ ਵਿੱਚੋਂ ਕਰਾਂਗੇ, ਬਾਕੀ ਪਾਰਟੀਆਂ ਦੇ ਉਧਾਰ ਵੀ ਲਿਆਉਂਦੇ ਕੈਂਡੀਡੇਟ ਸਾਨੂੰ ਲਿਆਉਣ ਦੀ ਲੋੜ ਨਹੀਂ। ਸਾਡੀ ਪਾਰਟੀ ਚ ਇੰਨੀ ਕੈਪੇਬਿਲਿਟੀ ਅੱਜ ਵੀ ਉਨੀ ਬਰਕਰਾਰ ਹੈ ਕਿ ਆਪਣੀ ਪਾਰਟੀ ਦੇ ਵਿੱਚ ਇੱਕ ਨਵਾਂ ਕੈਂਡੀਡੇਟ ਉਭਰ ਕੇ ਲਿਆਉਣਾ, ਪਾਰਟੀ ਬੜੇ ਚੰਗੇ ਢੰਗ ਨਾਲ ਜਾਣਦੀ ਹੈ। ਪੰਜਾਬ ਚ ਸਾਡੇ ਗਠਬੰਧਨ ਨੇ ਸ਼ਰਿਆਮ ਦੱਸੀ ਤੋਂ ਹੀ ਸਾਹਮਣੇ ਰੱਖੇ। ਖਾਲਸਾ ਜੀ ਦਾ ਜਵਾਬ ਦੇ ਦਈਏ, ਖਾਲਸਾ ਜੀ ਹੁਣ ਗੱਲ ਕਰ ਲਓ।
ਤੁਸੀਂ ਤਾਂ ਜੀ ਉਧਾਰੇ ਕੈਂਡੀਡੇਟ ਸਰਕਾਰ ਨੂੰ ਦੇ ਰਹੇ ਹੋ ਆਮ ਆਦਮੀ ਪਾਰਟੀ ਨੂੰ ਸ਼ੰਭੂ ਤੋਂ ਪਰੇ ਬਹਿ ਕੇ ਸਲਾਹਾਂ ਕਰਕੇ ਤੁਸੀਂ ਨਾ ਇਹ ਗੱਲੋਂ ਕਰੋ ਉਧਾਰੇ ਕੈਂਡੀਡੇਟਾਂ ਤੁਸੀਂ ਆਪਣੇ ਕੈਂਡੀਡੇਟ ਉਧਾਰੇ ਦੇ ਰਹੇ ਹੋ ਵੀ ਜਿਹੜੇ ਆਪਾਂ ਰਲ ਕੇ ਖੇਡ ਲਾਂਗੇ ਜਿਹੜੀ ਡਿਕਟੇਟਰਸ਼ਿਪ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਨੂੰ ਸ਼ੰਭੂ ਤੋਂ ਪਰੇ ਜਾ ਕੇ ਹਮਾਇਤ ਦੇਣੀ ਸਿੱਧਾ ਸਿੱਧਾ ਇਹ ਸਬੂਤ ਹੈ ਕਿ ਤੁਸੀਂ ਆਪ ਡਿਕਟੇਟਰਸ਼ਿਪ ਰਹੇ ਹੋ ਹੁਣ ਵੀ ਡਿਕਟੇਟਰ ਰਹਿਣਾ ਹੈ ਤੇ ਗਾਂ ਵੀ ਡਿਕਟੇਟਰ ਰਹਿਣਾ ਤੇ ਡਿਕਟੇਟਰ ਨੂੰ ਸਪੋਰਟ ਕਰ ਰਹੇ ਹੋ ਚਲੋ ਭਾਜਪਾ ਦੇ ਖਿਲਾਫ ਬੋਲੇ ਕਿਉਂ ਨੀ ਬੋਲੇ ਤੁਹਾਡੇ ਕਨਵੀਨਰ ਕਿਸਾਨ ਵਿਰੋਧੀ ਹੈ ਭਾਜਪਾ ਪੰਜਾਬ ਵਿਰੋਧੀ ਹੈ ਮੈਂ ਤਾਂ ਪਹਿਲਾਂ ਕਿਹਾ ਮੈਨੂੰ ਲੱਗਦਾ ਜੀ ਤੁਹਾਡਾ ਖਿਆਲ ਕਿਤੇ ਤੁਹਾਡਾ ਧਿਆਨ ਕਿਤੇ ਹੋਰ ਸੀਗਾ ਤੁਸੀਂ ਸੁਣਿਆ ਨੀ ਜਦੋਂ ਰਿਕਾਰਡ ਚੱਲੂਗੀ ਰਿਵਾਈਂਡ ਕਰਕੇ ਸੁਣ ਲਿਓ ਮੈਂ ਭਾਜਪਾ ਚਲੋ ਕਤਨਾ ਜੀ ਕੁਛ ਕਹਿਣਾ ਚਾਹੁੰਦੇ ਨੇ ਕਤਨਾ ਰਾਜੀਵ ਕਤਨਾ ਜੀ ਭਾਰਤੀ ਜਨਤਾ ਪਾਰਟੀ ਤੁਸੀਂ ਹੁਣ ਸੁਣ ਰਹੇ ਸੀ ਦੋਨੋਂ ਪਰ ਕਾਂਗਰਸ ਦੇ ਔਰ ਅਕਾਲੀ ਦਲ ਦੇ ਵਰਤਾਂ ਨੂੰ ਗੱਲ ਇਹ ਹੈ ਬੀਜੇਪੀ ਦੇ ਖਿਲਾਫ ਕਹਿਣ ਨੂੰ ਕੁਛ ਨਹੀਂ ਇਹਨਾਂ ਦੇ ਕੋਲ ਦੂਸਰੀ ਗੱਲ ਤੁਸੀਂ ਵਾਲੇ ਸਾਹਿਬ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਸੀ ਇਸ ਤਰ੍ਹਾਂ ਅਸੀਂ ਹਜੇ ਡਿਵਰਸੀਫਿਕੇਸ਼ਨ ਚ ਜਾ ਕੇ ਫਸਲਾਂ ਬੀਜਣੀਆਂ ਸ਼ੁਰੂ ਕਰਨੀਆਂ ਬਹੁਤ ਸਾਰੇ ਕਿਸਾਨਾਂ ਨੇ ਇਸ ਕਰਕੇ 5 ਸਾਲ ਦਾ ਕੀਤਾ ਕੱਲ ਨੂੰ ਕਿਸੇ ਚੀਜ਼ ਤੇ ਦੇ ਦਿੱਤੀ ਜਾਵੇ ਉਹ ਫਸਲ ਅਗਰ ਕਿਸਾਨ ਨੂੰ ਨਹੀਂ ਪਸੰਦ ਆਉਂਦੀ ਕਿਸਾਨ ਨਹੀਂ ਬੀਜਣਾ ਆਉਂਦਾ ਇੱਕ ਬਹੁਤ ਅੱਛਾ ਤਜਰਬਾ ਕਰਨਾ ਇਹ ਔਰ ਇਹ ਵੀ ਗੱਲ ਆ ਵੀ ਇਹਦਾ ਸਿਰਫ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲੇ ਕਿਉਂਕਿ ਡਾਇਵਰਸੀਫਿਕੇਸ਼ਨ ਦੇ ਤਾਂ ਗੱਲ ਕੀਤੀ ਸੀ ਅਗਰ ਕਿਸੇ ਦੇ ਕੋਲ 25 ਏਕੜ ਜ਼ਮੀਨ ਆ ਔਰ 25 ਏਕੜ ਦੇ ਵਿੱਚ ਉਹਨੂੰ ਆਪਾਂ ਨੂੰ ਤਾਂ ਪਤਾ ਵੀ ਇਹ 25 ਏਕੜ ਦੇ ਵਿੱਚ ਇਹਨੇ 20 ਕਿੱਲੇ ਝੋਨਾ ਬੀਜ ਲਿਆ 5 ਕਿੱਲੇ ਇਹਨੇ ਅਗਰ ਕੋਈ ਮੂੰਗੀ ਬੀਜੀ ਜਾਂ ਕੋਈ ਚੀਜ਼ ਬੀਜੀ ਉਹਦੇ ਤੇ ਅਸੀਂ MSP ਦੇ ਦਾਂਗੇ ਸਾਨੂੰ ਸਭ ਤੋਂ ਵੱਡਾ ਖਦਸ਼ਾ ਕੀ ਹੁੰਦਾ ਹੈ ਕਿ ਕੋਈ ਬਾਹਰਲੇ ਵਪਾਰੀ ਜਿਸ ਤਰ੍ਹਾਂ ਸਾਡੇ ਤੇ ਇਲਜ਼ਾਮ ਲੱਗਦਾ ਹੈ ਕੋਈ ਬਾਹਰਲੇ ਲੋਕ ਆ ਕੇ ਪੰਜਾਬ ਦਾ ਜਿਹੜਾ ਹੱਕ ਨਾ ਮਾਰ ਸਕਣ ਔਰ ਉਹ ਇਸੇ ਕਰਕੇ ਕਿਹਾ ਵੀ ਜੇ ਝੋਨਾ ਨਹੀਂ ਬੀਜਣਾ ਕੋਈ ਚੀਜ਼ ਬੀਜਣੀ ਆ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਫਾਇਦਾ ਮਿਲੇ ਅਗਰ 5 ਸਾਲ ਕੋਈ ਚੀਜ਼ ਮਿਲ ਰਹੀ ਹੈ ਉਹਨੂੰ ਲੈ ਲਓ ਅਗਰ ਉਸ ਤੋਂ ਬਾਅਦ ਜ਼ਰੂਰੀ ਹੋਏਗੀ ਫਿਰ ਵੀ ਲੈ ਜਾਏਗੀ ਬਾਕੀ ਗੱਲ ਆ ਤਿੰਨਾਂ ਜੀ ਬੈਠੇ ਆ ਇਹਨਾਂ ਇੰਡੀਆ ਅਲਾਇੰਸ ਦੀ ਜਿਹੜੀ ਗੱਲ ਕਰਦੇ ਆ ਇਹਨਾਂ ਦੇ ਇਹ ਜਿਹੜਾ ਅਲਾਇੰਸ ਪਾਰਟਨਰ ਆ ਜਿਹੜਾ ਇਹਨਾਂ ਦਾ ਖਾਸ ਪਾਰਟਨਰ ਆ ਇੱਕ ਮੰਤਰੀ ਆ ਚੁਟਕੀ ਮਾਰ ਕੇ 5 ਮਿੰਟ ਚ MSP ਦੇ ਦਾਂਗੇ ਅੱਜ ਇੰਡੀਆ ਅਲਾਇੰਸ ਚ ਗੱਲ ਕਰਦੇ ਆ ਜਿਹਨਾਂ ਨੇ ਕਹਿੰਦੇ 5 ਮਿੰਟ ਸਾਨੂੰ ਸਰਕਾਰ ਦਿਓ 5 ਮਿੰਟ ਸਾਨੂੰ ਸਰਕਾਰ ਦਿਓ 5 ਮਿੰਟ ਚੁਟਕੀ ਮਾਰ ਕੇ ਇਹ ਗੱਲ ਕਰਦੇ ਕਦੀ ਇੰਡੀਆ ਅਲਾਇੰਸ ਚ ਬੈਠ ਕੇ ਵੀ ਇਹ ਜਿਹੜੀ 5 ਮਿੰਟ ਚ ਚੁਟਕੀ ਮਾਰ ਕੇ ਕਿਹਾ ਸੀ ਉਹ ਮੰਤਰੀ ਤੋਂ ਕਦੀ ਪੁੱਛਿਆ ਇਹਨਾਂ ਨੇ ਕਾਂਗਰਸ ਵਾਲੇ ਕਾਂਗਰਸ ਨੇ ਇਹਨਾਂ ਚੀਜ਼ਾਂ ਤੇ MSP ਦਿੱਤੀ ਹੁੰਦੀ ਫਸਲਾਂ ਤੇ ਸਾਨੂੰ ਜ਼ਰੂਰਤ ਕਿਉਂ ਪੈਂਦੀ ਇਸ ਕਰਕੇ ਅਸੀਂ ਪੰਜਾਬ ਨੂੰ ਇੱਕ ਵਿਕਸਿਤ ਸੂਬਾ ਬਣਾ ਰਹੇ ਹਾਂ ਵਿਕਸਿਤ ਸੂਬਾ ਬਣਾਉਣ ਤੇ ਸਮਾਂ ਲੱਗਦਾ ਹੈ ਔਰ ਜਿਹੜੇ ਅਸੀਂ ਕੈਂਡੀਡੇਟ ਦਿੱਤੇ ਨੇ ਸਾਰੇ ਤਕਰੀਬਨ ਤੁਸੀਂ ਦੇਖ ਹੀ ਰਹੇ ਹੋ ਕਿਸਾਨਾਂ ਦੇ ਬੇਟੇ ਨੇ ਕਿਸਾਨਾਂ ਦੇ ਬੱਚੇ ਨੇ ਜਾ ਕੇ ਪੰਜਾਬ ਦੀ ਗੱਲ ਕਰਨਗੇ ਅਗਰ ਕੋਈ ਦੂਸਰਾ ਕੈਂਡੀਡੇਟ ਜਾਂਦਾ ਹੈ ਔਰ ਜਿੱਤ ਕੇ ਉਸਨੇ ਫਿਰ ਕਹਿਣਾ ਮੈਂ ਤਾਂ ਇੱਕ MP ਆ ਜੀ ਸਰਕਾਰ ਸਭ ਨੂੰ ਪਤਾ ਜਿਹਦੀ ਬਾਤ ਠੀਕ ਹੈ ਕਤਨਾ ਜੀ ਜਿਹੜੀ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਹੈ ਇਹ ਤੇ ਡਿਬੇਟ ਹੋਣੀ ਚਾਹੀਦੀ ਹੈ ਇਹ ਤੇ ਪਹਿਲਾਂ ਵੀ ਮੈਂ ਗੱਲ ਕਹੀ ਸੀ ਕਿਸਾਨ ਕਿਉਂਕਿ ਕਿਸਾਨਾਂ ਨਾਲ ਜੋ ਤੁਸੀਂ ਗੱਲ ਕਰਦੇ ਹੋ ਜਿਹੜੇ ਸਟੇਕ ਹੋਲਡਰ ਹੁੰਦੇ ਆਹੀ ਦਾ ਪ੍ਰੋਬਲਮ ਪਹਿਲਾਂ ਆਈ ਸੀ ਉਹਨਾਂ ਨਾਲ ਬੈਠੋ ਨਾ ਡਿਸਕਸ ਕਰੋ ਤੇ ਇਹ ਸ਼ਾਇਦ ਇਸ ਮਸਲੇ ਦਾ ਹੱਲ ਹੋਵੇ ਪਰ ਜਿਸ ਤਰੀਕੇ ਨਾਲ ਹਾਲਾਤ ਬਣ ਰਹੇ ਨੇ ਉਹ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਕੋਈ ਜ਼ਿਆਦਾ ਫੇਵਰ ਚ ਨਹੀਂ ਲੱਗਦੇ ਇਲੈਕਸ਼ਨ ਦੇ ਦਿਨਾਂ ਦੀ ਮੈਂ ਗੱਲ ਕਰ ਰਿਹਾ ਪੰਜਾਬ ਔਰ ਹਰਿਆਣਾ ਚ ਧਾਲੀਵਾਲ ਸਾਹਿਬ 1.5-2 ਮਿੰਟ ਤੁਹਾਡੀ ਲਾਸਟ ਟਿੱਪਣੀ ਪ੍ਰਾਂਤ ਸਿੰਘ ਧਾਲੀਵਾਲ ਜੀ ਮੇਰਾ ਖਿਆਲ ਹੈ ਫਿਰ ਉਹਨਾਂ ਦਾ ਸੰਪਰਕ ਕਿਤੇ ਕਿਸਾਨ ਨੂੰ ਆਪਣਾ ਵੋਟਰ ਨਹੀਂ ਮੰਨ ਇਸ ਕਰਕੇ ਉਹਨਾਂ ਦੀ ਨੀਤੀ ਪ੍ਰਤੀ ਬਹੁਤ ਨਹੀਂ ਲੱਗਦੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਇਸ ਤੋਂ ਬਿਨਾਂ ਹੀ ਅਸੀਂ ਇਲੈਕਸ਼ਨ ਜਿੱਤ ਸਕਦੇ ਹਾਂ ਕਿਸਾਨਾਂ ਪ੍ਰਤੀ ਉਹ ਸੁਹੇਲ ਜਾ ਇਹ ਕਹਿ ਲਈਏ ਕਿ ਜਗਤ ਦੀ ਸੁਹੇਰ ਨੇ ਉਹਨਾਂ ਦੀ ਆਖਰੀ ਟਿੱਪਣੀ ਤੁਹਾਡੇ ਨਾਲ ਸਾਂਝੀ ਉਹ ਕਰਦੇ ਪਰ ਕਿਉਂਕਿ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਤੁਸੀਂ ਆਪ ਹੀ ਦੇਖ ਰਹੇ ਹੋ ਤੇ ਇਹਨਾਂ ਦਿਨਾਂ ਚ ਵੀ ਜਿਹੜੇ ਪ੍ਰੋਗਰਾਮ ਸਾਡੇ ਚੱਲਦੇ ਨੇ ਉਹ ਸਾਰੇ ਆਨਲਾਈਨ ਹੁੰਦੇ ਨੇ
ਤੇ ਕਈ ਵਾਰੀ ਨੈਟ ਦੀ ਸਮੱਸਿਆ ਆ ਜਾਂਦੀ ਹੈ। ਖੈਰ ਜਿਹੜੀ ਗੱਲ ਉਹ ਕਰ ਰਹੇ ਸੀ, ਵੈਸੇ ਗੱਲ ਤਾਂ ਠੀਕ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਕੋਸ਼ਿਸ਼ ਕਰਦੀਆਂ ਨੇ, ਤੇ ਇਹ ਵੀ ਇੱਕ ਕੋਸ਼ਿਸ਼ ਹੋ ਸਕਦੀ ਹੈ ਕਿ ਜੇ ਕਿਸਾਨਾਂ ਦੇ ਨਾਲ ਅਸੀਂ ਆਪਣੇ ਸਟੈਂਡ ਦੇ ਬਾਵਜੂਦ ਜਿੱਤ ਜਾਂਦੇ ਹਾਂ ਤਾਂ ਉਹ ਇੱਕ ਬਹੁਤ ਵੱਡੀ ਜਿੱਤ ਹੋਏਗੀ। ਇਸ ਕਿਸਮ ਦੀ ਗੱਲ ਹੈ ਤੇ ਇਹਦੇ ਚ ਕੋਈ ਦੋਰਾਵਾ ਨੀ ਕਿ ਆਪਣਾ ਜਿਹੜਾ ਪੱਕਾ ਕੈਡਰ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦਾ, ਸ਼ਹਿਰਾਂ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਤਾਂ ਪਿੰਡਾਂ ਚ ਜਿੱਥੇ ਕਿਸਾਨ ਜਥੇਬੰਦੀਆਂ ਦਾ ਜ਼ੋਰ ਹੈ ਉੱਥੇ ਜ਼ਰੂਰ ਇਹ ਸਮੱਸਿਆ ਆ ਸਕਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਜਦੋਂ ਵੀ ਉਹ ਕੰਪੇਨ ਕਰਨਗੇ, ਕਿਉਂਕਿ ਕਿਸਾਨਾਂ ਨੇ ਜਿਸ ਤਰੀਕੇ ਨਾਲ ਇਹ ਕਿਹਾ। ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ, ਕਿਉਂਕਿ ਹਰ ਪਿੰਡ ਦੇ ਵਿੱਚ ਇੰਨੀਆਂ ਕਿਸਾਨ ਜਥੇਬੰਦੀਆਂ ਨੇ ਕਿ ਹਰ ਇੱਕ ਪਿੰਡ ਚ ਇੱਕ ਤੋਂ ਦੋ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਬੰਦੇ ਹੁੰਦੇ ਨੇ। ਖਾਸ ਤੌਰ ਤੇ ਵੱਡੇ ਪਿੰਡਾਂ ਚ ਚੰਗੇ ਕਾਫੀ ਗਿਣਤੀ ਚ ਕਿਸਾਨ ਜਥੇਬੰਦੀਆਂ ਦੇ ਸਰਗਰਮ ਮੈਂਬਰ ਹੁੰਦੇ ਨੇ ਤੇ ਉਹ ਆਪਣੇ ਆਪਣੇ ਪਿੰਡ ਦੇ ਵਿੱਚ ਇਸ ਕਿਸਮ ਦਾ ਜਿਹੜਾ ਪ੍ਰਚਾਰ ਵੀ ਕਰਦੇ ਨੇ, ਉਹਨਾਂ ਨੂੰ ਇਕੱਠੇ ਵੀ ਕਰਦੇ ਨੇ ਤੇ ਉਹ ਫਿਰ ਜਿਹੜੇ ਫਲੈਕਸ ਲੱਗਦੇ ਨੇ ਕੇਂਦਰ ਤੁਸੀਂ ਨਹੀਂ ਪੜ ਸਕਦੇ ਜਾਂ ਉਹਦੇ ਨਾਲ ਜਿਹੜਾ ਹੈ ਫਿਰ ਭਾਰਤੀ ਜਨਤਾ ਪਾਰਟੀ ਨੂੰ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਜੇ ਚਾਹੁੰਦੇ ਨੇ, ਔਰ ਉਹਨਾਂ ਨੂੰ ਲੋਕਾਂ ਤੱਕ ਪਹੁੰਚਣ ਲਈ ਵੀ ਜਿਹੜੀ ਜਿਵੇਂ ਕਿਸਾਨ ਲੱਗੇ ਨੇ ਸ਼ਾਇਦ ਮੁਸ਼ਕਲ ਆਵੇ। ਇਹ ਆਉਣ ਵਾਲਾ ਟਾਈਮ ਦੱਸੂਗਾ ਕਿਸ ਤਰੀਕੇ ਨਾਲ ਇਹ ਸਾਰੀ ਗੱਲ ਨੂੰ ਨਜਿੱਠਿਆ ਜਾਂਦਾ। ਚੋਣ ਕਮਿਸ਼ਨ ਨੇ ਇੱਕ ਗੱਲ ਸ਼ੁਰੂ ਚ ਹੀ ਕਹਿਤੀ ਸੀ ਜਦੋਂ ਜਿਸ ਦਿਨ ਚੋਣਾਂ ਦਾ ਐਲਾਨ ਕੀਤਾ, ਉਹ ਤਾਂ ਇੱਕ ਕਿਸਮ ਦਾ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੀ ਦਿੱਤਾ ਸੀ ਕਿ ਚੋਣ ਕਮਿਸ਼ਨ ਨੇ ਕਿਹਾ ਸੀ ਚੋਣ ਜ਼ਾਬਤੇ ਵਾਲੇ ਦਿਨ ਕਿ ਜ਼ਾਬਤੇ ਦਾ ਹਿੱਸਾ ਹੀ ਹੈ ਕਿ ਤੁਸੀਂ ਕਿਸੇ ਵੀ ਲੀਡਰ ਦਾ ਘਰ ਦੇ ਸਾਹਮਣੇ ਜਿਵੇਂ ਪਹਿਲਾਂ ਧਰਨਾ ਲਾਉਂਦੇ ਸੀ ਧਰਨਾ ਨਹੀਂ ਲਾ ਸਕਦੇ। ਇਸ ਕਿਸਮ ਦੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ। ਹੁਣ ਤਾਂ ਸਿਰਫ ਵੋਟਾਂ ਮੰਗਣ ਵੇਲੇ ਜਦੋਂ ਕੰਪੇਨ ਕਰਨੀ ਹੈ ਉਹਦਾ ਵਿਰੋਧ ਹੋਣਾ, ਜਿਹੜਾ ਦੋ ਦਿਨ ਦੋ ਥਾਵਾਂ ਤੇ ਵਿਰੋਧ ਹੈ ਜਿਹਦਾ ਅਸੀਂ ਅੱਜ ਜ਼ਿਕਰ ਕੀਤਾ ਹੈ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਬਾਕੀ ਆਉਣ ਵਾਲੇ ਟਾਈਮ ਚ ਜਿਵੇਂ ਐਸ ਕੇ ਐਮ ਨੇ ਕਿਹਾ ਉਹ ਕੀ ਕਰਦੇ ਨੇ ਉਹ ਸਮਾਂ ਦੱਸੂਗਾ। ਅਸੀਂ ਆਪਣੇ ਅੱਜ ਦੇ ਪੈਨਲਿਸਟ ਦਾ ਧੰਨਵਾਦ ਕਰਨਾ ਕਿਉਂਕਿ ਸਾਡਾ ਸਮਾਂ ਖਤਮ ਹੋ ਚੁੱਕਿਆ ਇਸ ਪ੍ਰੋਗਰਾਮ ਦਾ। ਰਾਮ ਸਿੰਘ ਧਾਲੀਵਾਲ ਸਾਹਿਬ ਔਰ ਰਾਜੀਵ ਕਤਨਾ ਜੀ, ਟੀਨਾ ਚੌਧਰੀ ਜੀ ਔਰ ਗੁਰਪ੍ਰੀਤ ਸਿੰਘ ਖਾਲਸਾ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ, ਹਰਜਿੰਦਰ ਵਾਲੀਆ ਸ਼ੋਅ ਚ ਕਰਦੇ ਮੁਲਾਕਾਤ। ਬਹੁਤ ਬਹੁਤ ਸ਼ੁਕਰੀਆ। ਚਰਚਾ।